जी मैं जिमी बराड़, मेरे वालों सत श्री अकाल। तुसी देख रहे हो जस टीवी। मंगलवार हर सोमवार 11 तो 12 कम्यूनिटी कनैक्ट शो आप लैके आने हाँ, जिहड़ा आप आले दुआले दीआं कम्यूनिटी दीआं गल्लां करदे हाँ। लेकिन अज एक वह गल करांगे जिहड़ी आप हर एक इंसान नू मेरे हिसाब नाल जरूर अपनानी चाहीदी है, क्योंकि अपनी जिहड़ी जिंदगी आ चार पंज पड़ा दे विच वंडी हुई है। एक बचपन हुंदा जिहड़ा 20 साल तक जांदा, जिहड़ा आप कोई सोच विचार जां किसे गल दा ना फिक्र करदे होए बहुत वधिया तरीके नाल गुजार सारे गुजार लैंदे ने। उस तो बाद थोड़ा जिहड़ा गांहला पड़ा आउंदा है, वह आउंदा है बंदा ब्याह बारे सोचदा, ब्याह करा लैंदा। वो 20 तो लै के ऑलमोस्ट 35 साल का पड़ा है जिहड़ा, जिथे बच्चे भी हो जाते, थोड़े घर गृहस्थी चल पैंदी आ, फिर जिम्मेवारियां पै जांदियां। उस तो बाद पड़ा गां हौली हौली चलते जाते हैं, आपां नूं जिंदगी दे बहुत कई पड़ा ऐसे आउंदे ने जिहड़े कि मुश्किलां भी आउंदियां ने, तरह तरह दीआं मुश्किलां आउणगीआं, जां आपां नूं जिंदगी दे सिखण नूं मिलेगा। उत्थे जा के कई तां इंसान कहिंदे ने कि अपनी जिंदगी जिहड़ी उह जानवरां दे नाल दी, आपां कदी बांदर वाली जिंदगी जीने आ कदी आ। लेकिन मैं कुछ मेरे मन दे विच आया वीकेंड ते, कई विचार सुने, कई मैं होर गल्लां यूट्यूब ते भी सुनियां, इह गल सांझी करनी चाहुंदा कि इह जिहड़ी इक जिंदगी है ਇਹ ਤੁਹਾਡੀ ਆਪਦੇ ਹੱਥ ਵਿੱਚ ਹੈ 20 ਤੋਂ 20 ਸਾਲ ਤੋਂ ਬਾਅਦ, ਕਿਉਂਕਿ ਤੁਹਾਨੂੰ ਘਰ ਗ੍ਰਹਿਸਥੀ ਦਾ ਵੀ ਪਤਾ ਲੱਗ ਜਾਂਦਾ ਔਰ ਤੁਸੀਂ ਬਾਕੀ ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਹੋ ਉੱਥੋਂ ਵੀ ਤੁਹਾਨੂੰ ਕਾਫੀ ਚੀਜ਼ਾਂ ਜਿਹੜੀਆਂ ਉਹ ਸਿੱਖਣ ਨੂੰ ਮਿਲਦੀਆਂ। ਬਾਰਾਂ ਕਿ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਨਹੀਂ ਉਹ ਤੁਹਾਡੇ ਆਪ ਦੇ ਉੱਤੇ ਨਿਰਭਰ ਕਰਦਾ। ਲੇਕਿਨ ਜ਼ਿੰਦਗੀ ਦੇ ਜਿਹੜੇ ਪੜਾਅ ਨੇ, ਜਿਸ ਤਰ੍ਹਾਂ ਮੇਰੇ 'ਤੇ ਵੀ ਆਇਆ, ਮੈਂ ਇੰਡੀਅਨ ਐਪਸ ਵਿੱਚ ਰਹਿੰਦਾ ਇਸ ਵੇਲੇ, ਆਪਾਂ ਇੰਡੀਅਨ ਐਪਸ ਤੋਂ ਹੀ ਹਰ ਮੰਡੇ ਟਿਊਜ਼ਡੇ ਸ਼ੋਅ ਕਰਦੇ ਹਾਂ ਜਸ ਟੀਵੀ ਦੇ ਨਾਲ, ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਮੰਚ ਦਿੱਤਾ। ਮੈਂ ਇੱਕ ਆਪਣੀ ਜ਼ਿੰਦਗੀ ਦਾ ਇੱਕੋ ਹਿੱਸਾ ਜਾਂ ਉਹ ਐਕਸਪੀਰੀਅੰਸ ਜਿਹੜਾ ਹੈ ਉਹ ਇੱਥੇ ਇੰਡੀਅਨ ਐਪਸ ਦੇ ਵਿੱਚ ਵੀ ਹੋਇਆ, ਮੇਰੇ ਨਾਲ ਵੀ ਹੋਇਆ, ਜਿਹੜਾ ਮੈਂ ਉਹ ਜ਼ਰੂਰ ਤੁਹਾਨੂੰ ਉਸ ਇਨਸਾਨਾਂ ਦੇ ਰੂਬਰੂ ਕਰਾਵਾਂਗਾ, ਆਪਾਂ ਕਿ ਐਸੇ ਇਨਸਾਨ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਮੈਨੂੰ ਇਹ ਮੰਚ 'ਤੇ ਆਉਣ ਨੂੰ ਪ੍ਰੇਰਿਆ ਔਰ ਜਿਨ੍ਹਾਂ ਨੇ ਮੈਨੂੰ ਇਸ ਕੰਮ ਨੂੰ ਪ੍ਰੇਰਿਆ ਕਿ ਜਿਮੀ ਸਾਹਿਬ ਤੂੰ ਬੋਲਣਾ ਜ਼ਰੂਰ ਬੋਲਣਾ, ਕਿ ਤੇਰੇ ਬੋਝ ਜਦੋਂ ਤੂੰ ਬੋਲਦਾ ਤੂੰ ਦਿਲ ਤੋਂ ਬੋਲਦਾ। ਮੈਂ ਉਹਨਾਂ ਨੂੰ ਹੱਸਦਾ ਹੁੰਦਾ ਸੀ ਕਿ ਮੈਂ ਦਿਲ ਤੋਂ ਹੀ ਬੋਲਦਾ ਸੀ, ਸਾਰੇ ਦਿਲ ਤੋਂ ਹੀ ਬੋਲਦੇ ਆ। ਲੇਕਿਨ ਕਈ ਗੱਲਾਂ ਜਿਹੜੇ ਮੈਂ ਪੜਾਅ ਦੀ ਗੱਲ ਕੀਤੀ ਉਹ ਤੁਸੀਂ ਜਿੱਦਾਂ ਜਿੱਦਾਂ ਵਿਚਰਦੇ ਹੋ ਸੰਸਾਰ ਦੇ ਵਿੱਚ ਉਹ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਕਿ ਸੰਸਾਰ ਜਿਹੜਾ ਆ ਉਹ ਕਿਵੇਂ ਕੀ ਤੁਹਾਨੂੰ ਸਿਖਾਉਂਦਾ ਜਾਂ ਕੀ ਤੁਹਾਨੂੰ ਆਪਸ਼ਨਾਂ ਮਿਲਦੀਆਂ ਸਿੱਖਣ ਨੂੰ। ਉਹਦੇ ਬਾਵਜੂਦ ਤੁਸੀਂ ਨਹੀਂ ਸਿੱਖਣਾ ਚਾਹੁੰਦੇ ਅਤੇ ਉਹਦੇ ਵਿੱਚ ਤੁਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕਿ ਪਰਮਾਤਮਾ ਨੇ ਜੀ ਮੇਰੀ ਜ਼ਿੰਦਗੀ ਇੱਦਾਂ ਲਿਖ ਦਿੱਤੀ ਜਾਂ ਮੈਨੂੰ ਆਹ ਸਿੱਖਣ ਨੂੰ ਨਹੀਂ ਮਿਲਿਆ। ਤੁਹਾਨੂੰ ਸਿੱਖਣ ਨੂੰ ਇੱਥੇ ਸਾਰਾ ਕੁਛ ਮਿਲਦਾ ਔਰ ਤੁਸੀਂ ਨਹੀਂ ਸਿੱਖਿਆ ਜਾਂ ਸਿੱਖਣਾ ਨਹੀਂ ਚਾਹੁੰਦੇ ਜਾਂ ਉਸ ਨੂੰ ਚੀਜ਼ ਨੂੰ ਕਦੀ ਵਿਚਾਰਿਆ ਨਹੀਂ, ਉਹਦੇ ਬਾਅਦ 'ਚ ਮੈਂ ਕਹੂੰਗਾ ਵੀ ਤੁਸੀਂ ਖੁਦ ਹੀ, ਮੈਂ ਖੁਦ ਹੀ ਜਾਂ ਜਿਹੜੇ ਬੰਦੇ ਗੱਲ ਸੋਚਦੇ ਨੇ ਤੁਸੀਂ ਖੁਦ ਹੀ ਉਸ ਚੀਜ਼ ਦੇ ਜ਼ਿੰਮੇਵਾਰ ਹਾਂ ਕਿ ਇਹ ਚੀਜ਼ ਤੁਹਾਨੂੰ ਕਰ ਲੈਣੀ ਚਾਹੀਦੀ ਸੀ। ਲੇਕਿਨ ਤੁਸੀਂ ਕੰਮਾਂ ਕਾਰਾਂ 'ਚ ਰੁਝੇਵਿਆਂ 'ਚ ਰੁੱਝ ਕੇ ਉਹ ਤੋਂ ਪਿੱਛੇ ਰਹਿ ਗਏ। ਉਹ ਜਦੋਂ ਬਚਪਨ ਲੰਘ ਜਾਂਦਾ ਫਿਰ ਆਪਾਂ ਸੋਚਦੇ ਹਾਂ ਕਿ ਆਪਾਂ ਉਹ ਬਚਪਨ ਦੇ ਵਿੱਚ ਵਾਪਸ ਜਾਈਏ। ਐਸੀ ਕੋਈ ਚੀਜ਼ ਨਹੀਂ ਬਣੀ ਕਿ ਜਿਹੜੀ ਰਿਵਰਸ ਕੀਤੀ ਜਾ ਸਕੇ, ਜਾਂ ਕੋਈ ਐਸੀ ਮਸ਼ੀਨ ਨਹੀਂ ਬਣੀ ਕਿ ਆਪਾਂ ਜ਼ਿੰਦਗੀ ਦੇ ਪਿੱਛੇ ਨੂੰ ਜਾ ਸਕੀਏ ਜਾਂ ਅੱਗੇ ਨੂੰ ਜਾ ਸਕੀਏ। ਹਾਂ, ਅੱਗੇ ਨੂੰ ਜਾਣ ਦੀ ਮਸ਼ੀਨ ਜੋ ਹੈ ਉਹ ਸੰਸਾਰ ਵਿੱਚ ਇੱਕ ਮਿਲੀ ਹੈ, ਮੈਨੂੰ ਦੇਖਣ ਨੂੰ ਮਿਲੀ, ਜੋ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ ਥੋੜ੍ਹੇ ਚਿਰਾਂ ਦੇ ਵਿੱਚ। ਉਹ ਮਸ਼ੀਨ ਹੈ ਜੋ ਤੁਸੀਂ ਜਿਹੜਾ ਆਉਣ ਵਾਲਾ ਸਮਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਊਗਾ, ਜਾਂ ਜਿਹੜਾ ਜਿਹੜਾ ਆਉਣ ਵਾਲਾ ਫੈਮਿਲੀ ਸਮਾਂ ਜਾਂ ਫਰੈਂਡਾਂ ਵਾਲਾ ਸਮਾਂ, ਜਾਂ ਮੈਂ ਕਮਿਊਨਿਟੀ ਲਈ ਕੀ ਕਰਨਾ ਜਾਂ ਕਮਿਊਨਿਟੀ ਨੇ ਮੇਰੇ ਲਈ ਕੀ ਕਰਨਾ, ਕਮਿਊਨਿਟੀ ਮੇਰੇ ਬਾਰੇ ਕੀ ਸੋਚਦੀ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਹੈ ਜੋ ਇੱਕ ਮਸ਼ੀਨ, ਜੋ ਇਨਸਾਨ ਮਸ਼ੀਨ ਹੈ, ਜਿਹੜੇ ਸੂਝਬੂਨ, ਜਿਹੜੇ ਬਾਹਲੇ ਸੂਝਵਾਨ ਇਨਸਾਨ ਨੇ ਤੁਹਾਨੂੰ ਮਿਲਦੇ ਨੇ, ਤੁਸੀਂ ਉਹਨਾਂ ਤੋਂ ਸਿੱਖ ਸਕਦੇ ਹੋ। ਉਹ ਤੁਹਾਨੂੰ ਆਉਣ ਵਾਲਾ ਸਮਾਂ ਹੈ ਜਿਹੜਾ ਉਹਨਾਂ ਦੀ ਲਾਈਫ ਦਾ ਤਜਰਬਾ ਲੈ ਕੇ ਤੁਸੀਂ ਉਸ ਸਮੇਂ ਨੂੰ ਜ਼ਰੂਰ ਸੁਧਾਰ ਸਕਦੇ ਹੋ, ਉਹ ਵਧੀਆ ਬਣਾ ਸਕਦੇ ਹੋ, ਇੱਕ ਰੰਗੀਲੀ ਔਰ ਸੁੱਖਦਾਇਕ ਜ਼ਿੰਦਗੀ ਵੀ ਜੀ ਸਕਦੇ ਹੋ। ਇਹ ਗੱਲਾਂ ਜਿਹੜੀਆਂ ਨੇ ਇਹ ਮੇਰੀ ਜ਼ਿੰਦਗੀ 'ਚ ਵੀ ਜੁੜੀਆਂ ਕਿ ਮੈਂ ਵੀ ਉਸ ਦੌਰ 'ਚੋਂ ਲੰਘਿਆ ਜਦੋਂ ਇੰਡੀਅਨ ਐਪਸ ਮੂਵ ਹੋਇਆ, ਉਦੋਂ ਮੈਂ ਵੀ 25 ਸਾਲ ਦਾ ਸੀ ਅਤੇ ਹੁਣ ਮੈਨੂੰ ਇੱਥੇ 25 ਸਾਲ ਰਹਿੰਦੇ ਨੂੰ ਵੀ ਹੋ ਚੱਲੇ ਨੇ। ਉਹਨਾਂ ਇਸ ਦੌਰ ਦੇ ਵਿੱਚ ਮੈਨੂੰ ਬਹੁਤ ਐਸੇ ਇਨਸਾਨ ਮਿਲੇ ਜਿਨ੍ਹਾਂ ਤੋਂ, ਜਿਨ੍ਹਾਂ ਨੇ ਗਲਤ ਪਾਸੇ ਨੂੰ ਵੀ ਤੋਰਿਆ ਔਰ ਬਹੁਤ ਘੱਟ ਇਨਸਾਨ ਮਿਲੇ ਜਿਨ੍ਹਾਂ ਨੇ ਮੈਨੂੰ ਸਿੱਧੇ ਪਾਸੇ ਨੂੰ ਵੀ ਤੋਰਿਆ ਔਰ ਪ੍ਰੇਰਿਆ ਕਿ ਤੂੰ ਭਾਈ ਆਹ ਦੇਖ, ਆਹ ਤੇਰੇ ਕੋਲ ਕੁਆਲਿਟੀ ਹੈ ਜਾਂ ਆਹ ਤੈਨੂੰ ਗੋਡ ਗਿਫਟਡ ਹੈ। ਅਤੇ ਉਦੋਂ ਬੰਦਾ ਨਹੀਂ ਸੋਚਦਾ, ਲੇਕਿਨ ਜਦੋਂ ਕੋਈ ਚੀਜ਼ ਤੁਹਾਡੇ ਕੋਲ ਨਾ ਹੋਵੇ ਫਿਰ ਤੁਸੀਂ ਉਸ ਗੱਲ ਬਾਰੇ ਜ਼ਿਆਦਾ ਸੋਚਦੇ ਹਾਂ, ਕਿਉਂਕਿ ਉਹ ਚੀਜ਼ ਤੁਹਾਨੂੰ ਜਾਂ ਉਹ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਕਾਲ ਕਰਕੇ ਪੁੱਛ ਸਕੋ ਜੀ ਆਹ ਹੋ ਗਿਆ। ਇਹ ਇਨਸਾਨ ਜਿਹਨਾਂ ਦੀ ਮੈਂ ਗੱਲ ਕਰਦਾ ਪਿਆ, ਇਹ ਸਰਦਾਰ ਨਰਿੰਦਰ ਸਿੰਘ ਜੀ ਢੇਸੀ, ਜਿਹਨਾਂ ਨੂੰ ਆਪਾਂ ਪਿਆਰ ਨਾਲ ਢੇਸੀ ਅੰਕਲ ਜਾਂ ਢੇਸੀ ਸਾਹਿਬ
ਸਮੇਂ ਸਮੇਂ ਦੇ ਨਾਲ ਜੀ ਉਹਨਾਂ ਦਾ ਨਾਂ ਵੀ ਮੈਂ ਬਦਲ ਲੈਂਦਾ ਸੀ ਕਿ ਜਿੱਦਾਂ ਦਾ ਪ੍ਰੋਬਲਮ ਸੀ ਉੱਦਾਂ ਦਾ ਉਹਨਾਂ ਨੂੰ ਮੈਂ ਨਾਂ ਲੈ ਕੇ ਬੁਲਾ ਦਿੰਦਾ ਸੀ ਕਿ ਜਦੋਂ ਵੱਡੀ ਪ੍ਰੋਬਲਮ ਆਉਂਦੀ ਸੀ ਫਿਰ ਉੱਥੇ ਪ੍ਰੋਫੈਸਰ ਸਰਦਾਰ ਢੇਸੀਆਂ ਢੇਸੀ ਸਾਹਿਬ ਜੀ ਕਹਿਣਾ ਕਹੀਦਾ ਹੁੰਦਾ ਸੀ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਤੂੰ ਇਸ ਤਰ੍ਹਾਂ ਬੋਲ ਰਿਹਾ ਕਿ ਕੀ ਪ੍ਰੋਬਲਮ ਕੀ ਆ। ਫਿਰ ਉਹਨਾਂ ਨੂੰ ਜਦੋਂ ਪ੍ਰੋਬਲਮ ਦੱਸਣੀ ਉਹਨਾਂ ਨੇ ਅੱਜ ਤੱਕ ਮੈਨੂੰ ਪ੍ਰੇਰਿਆ ਗਲ ਬੱਕੜੀ ਪਾ ਕੇ ਕਹਿਣਾ ਇਹੀ ਕਹਿਣਾ ਕਿ ਜਿਵੇਂ ਕਦੀ ਵੀ ਉਦਾਸ ਨਹੀਂ ਹੋਣਾ, ਜਿਹੜੀ ਜ਼ਿੰਦਗੀ ਆ ਇਹ ਚੱਲੀ ਜਾਣੀ ਆ, ਜ਼ਿੰਦਗੀ ਇੱਕ ਐਸੀ ਚੀਜ਼ ਆ ਜਿਹਨੇ ਕਦੀ ਵੀ ਰੁਕਣਾ ਨਹੀਂ, ਇਹ ਸਮਾਂ ਚੰਗਾ ਆਵੇ ਮਾੜਾ ਆਵੇ ਇਹ ਕਦੀ ਵੀ ਇਹਨੇ ਸੂਈ ਨੇ ਬੰਦ ਨਹੀਂ ਹੋਣਾ, ਇਹ ਚੱਲੀ ਜਾਣੀ ਆ। ਜਿਸ ਤਰ੍ਹਾਂ ਆਪਾਂ ਜਾਣਦੇ ਕਿ ਸਾਡੇ ਢੇਸੀ ਸਾਹਿਬ ਜਿਹੜੇ ਅੱਜ ਕੱਲ੍ਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਇਹ ਇੱਕ ਐਸੇ ਇਨਸਾਨ ਨੇ ਜਿਹੜੇ ਹਰ ਵਕਤ ਜਦ ਤੱਕ ਮੈਂ ਜਿਉਂਦਾ ਰਹੂੰਗਾ ਜਿਹੜੀਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆ ਆ ਉਹ ਮੇਰੇ ਨਾਲ ਰਹਿਣਗੀਆਂ, ਉਹ ਮੇਰੇ ਨਾਲ ਹੀ ਪੂਰੀਆਂ ਹੋਣਗੀਆਂ ਜਦੋਂ ਤੱਕ ਮੇਰੀ ਜ਼ਿੰਦਗੀ ਚੱਲੂਗੀ, ਜੋ ਮੈਨੂੰ ਸਿਖਾ ਕੇ ਗਏ ਜਾਂ ਜੋ ਉਹਨਾਂ ਤੋਂ ਮੈਂ ਸਿੱਖਿਆ ਕਿ ਸਾਰੀਆਂ ਸਿਚੁਏਸ਼ਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਜਾਂ ਪਰਿਵਾਰ ਦੇ ਵਿੱਚ ਕਿੱਦਾਂ ਵਿਚਰਨਾ, ਕਮਿਊਨਿਟੀ ਦੇ ਵਿੱਚ ਕਿੱਦਾਂ ਵਿਚਰਨਾ, ਉਹ ਕਈ ਚੀਜ਼ਾਂ ਅਧੂਰੀਆਂ ਛੱਡ ਗਿਆ ਜਿਹਨਾਂ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਪੂਰੀਆਂ ਕੀਤੀਆਂ ਜਾਣ, ਜਿਹੜੇ ਉਹ ਹਮੇਰੇ ਮੈਨੂੰ ਹਰ ਵੇਲੇ ਮੈਨੂੰ ਕਹਿੰਦੇ ਹੁੰਦੇ ਸੀ। ਮੇਰੀ ਇੱਕ ਜ਼ਿੰਦਗੀ ਬੜੀ ਵੱਡੀ ਦੌੜ ਸੀ ਕਿ ਮੈਂ ਇੱਕ ਡਾਕੂਮੈਂਟਰੀ ਢੇਸੀ ਸਾਹਿਬ 'ਤੇ ਬਣਾਉਣੀ ਚਾਹੁੰਦਾ ਸੀ ਜੋ ਨਹੀਂ ਬਣਾ ਚੁੱਕਿਆ, ਜਿਹੜੀ ਮੇਰੀ ਬਦਕਿਸਮਤੀ ਜਿਹਨੂੰ ਮੈਂ ਬਹੁਤ ਮਾੜੀ ਗੱਲ ਸਮਝਦਾ ਕਿ ਮੈਂ ਇੱਕ ਉਸ ਇਨਸਾਨ ਨੂੰ ਕੈਮਰੇ ਵਿੱਚ ਨਹੀਂ ਕੈਦ ਕਰ ਸਕਿਆ ਜੋ ਮੈਂ ਉਹਨਾਂ ਤੋਂ ਗੱਲਾਂ ਪੁੱਛ ਕੇ ਕਰਨੀਆਂ ਚਾਹੁੰਦਾ ਸੀ। ਉਹਨਾਂ ਦਾ ਪਰਿਵਾਰ ਹੈ ਪਿੱਛੇ, ਲੇਕਿਨ ਕੁਛ ਗੱਲਾਂ ਕਈ ਐਸੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਇਕੱਲਿਆਂ 'ਤੇ ਬੀਤਦੀਆਂ ਨੇ, ਜਾਂ ਤੁਸੀਂ ਕਿਤੇ ਬੈਠੇ ਹੁੰਦੇ ਆ ਜਾਂ ਤੁਹਾਡੇ ਇਕੱਲੇ ਬੈਠੇ ਦੇ ਨਾਲ ਉਹ ਐਸਾ ਭਾਣਾ ਵਰਤਿਆ, ਉਹ ਤੁਸੀਂ ਉਹਨਾਂ ਤੋਂ ਹੀ ਤਜਰਬਾ ਲੈ ਸਕਦੇ ਆ। ਜਿੰਨਾ ਮੈਂ ਉਹਨਾਂ ਤੋਂ ਸਿੱਖਿਆ ਮੈਂ ਕਿਸੇ ਨੂੰ ਨਹੀਂ ਸਿਖਾ ਸਕਦਾ, ਔਰ ਜਿੰਨੇ ਉਹ ਲੀਨੀਅਰ ਸੀਗੇ ਮੈਂ ਉਹਨਾਂ ਲੀਨੀਅਰ ਨਹੀਂ ਕਿਸੇ ਨਾਲ ਹੋ ਸਕਦਾ, ਜਿੰਨਾ ਉਹ ਪਿਆਰ ਕਰਦੇ ਸੀ ਸਾਰਿਆਂ ਨੂੰ ਮੈਂ ਨਹੀਂ ਉਹਨਾਂ ਕਿਸੇ ਨੂੰ ਪਿਆਰ ਕਰ ਸਕਦਾ। ਕਿ ਉਹਨਾਂ ਨੂੰ ਇਹ ਜਿਹੜਾ ਬੰਦਾ ਇੱਕ ਵਾਰੀ ਮਿਲ ਲੈਂਦਾ ਸੀ ਉਹਨੂੰ ਇਹ ਲੱਗਦਾ ਸੀ ਕਿ ਢੇਸੀ ਸਾਹਿਬ ਸਭ ਤੋਂ ਜ਼ਿਆਦਾ ਪਿਆਰ ਮੈਨੂੰ ਹੀ ਕਰਦੇ ਨੇ, ਹਾਲਾਂਕਿ ਹਰ ਕੋਈ ਬੰਦਾ ਜਿਹੜੀ ਉਹਨਾਂ ਦੀ ਔਲਾਦ ਹੈ ਉਹ ਸਭ ਤੋਂ ਪਹਿਲਾਂ ਹੁੰਦੀ ਹੈ, ਭੈਣਾਂ ਭਾਈ ਬਾਅਦ 'ਚ ਨੇ, ਸਭ ਤੋਂ ਪਹਿਲਾਂ ਬੰਦੇ ਦੀ ਵਾਈਫ ਫਿਰ ਔਲਾਦ ਫਿਰ ਭੈਣਾਂ ਭਾਈ ਫਿਰ ਸੰਸਾਰ। ਲੇਕਿਨ ਢੇਸੀ ਸਾਹਿਬ ਇੱਕ ਐਸੇ ਇਨਸਾਨ ਸੀ ਜਿਹਨਾਂ ਨੂੰ ਤੁਸੀਂ ਮਿਲੋ ਅਤੇ ਤੁਹਾਨੂੰ ਲੱਗਦਾ ਸੀ ਕਿ ਇਹ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ, ਔਰ ਇਹ ਮਨ 'ਚ ਆਉਂਦਾ ਸੀ ਕਿ ਮੈਂ ਕੋਈ ਵੀ ਇਹਨਾਂ ਕੋਲ ਸਵਾਲ ਲੈ ਕੇ ਆਵਾਂ ਤਾਂ ਇਹ ਕਦੀ ਨਾਂਹ ਨਹੀਂ ਕਰਨਗੇ, ਔਰ ਇੱਦਾਂ ਨਹੀਂ ਕਦੀ ਹੋਇਆ ਕਿ ਉਹਨਾਂ ਕੋਲ ਸਿਚੁਏਸ਼ਨ ਦਾ ਸਲੂਸ਼ਨ ਨਹੀਂ ਸੀਗੀ। ਹਰ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋਵੇ, ਮੈਂ ਇੱਦਾਂ ਦੀਆਂ ਸਿਚੁਏਸ਼ਨ ਵੀ ਦਿੱਤੀਆਂ ਕਿ ਜਿਹੜਾ ਕੋਈ ਹੱਲ ਨਹੀਂ ਸੀਗਾ ਉਹਨਾਂ ਦਾ, ਲੇਕਿਨ ਉਹਨਾਂ ਨੇ ਮੈਨੂੰ ਉਹਨਾਂ ਦਾ ਹੱਲ ਵੀ ਦੱਸਿਆ ਕਿ ਬੈਠ ਕੇ ਸੋਚ, ਕੋਈ ਐਡੀ ਵੱਡੀ ਗੱਲ ਨਹੀਂ, ਉਹਨਾਂ ਦੀ ਜ਼ਿੰਦਗੀ ਦੀਆਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ, ਟਾਈਮ ਬਹੁਤ ਥੋੜ੍ਹਾ ਜਿਹੜਾ ਮੈਂ ਜੇ ਬਿਆਨ ਕਰਨ ਚੱਲ ਪਵਾਂ ਤਾਂ ਮੈਨੂੰ ਲੱਗਦਾ ਮੇਰੇ 5-7 ਸਾਲ ਨਿਕਲ ਜਾਣਗੇ ਇਹੀ ਦੱਸਣ 'ਚ ਕਿ ਉਹਨਾਂ ਦੀ ਜ਼ਿੰਦਗੀ 'ਚ ਕਿੱਡੀਆਂ ਵੱਡੀਆਂ ਪ੍ਰੋਬਲਮਾਂ ਆਈਆਂ, ਔਰ ਉਹਨਾਂ ਨੇ ਮੈਨੂੰ ਖੁਦ ਦੱਸਿਆ ਕਿ ਉਹਨਾਂ ਨੇ ਕਿੱਦਾਂ ਫੇਸ ਕੀਤੀਆਂ। ਉਹ ਸਮਾਂ ਵੀ ਲੰਘ ਗਿਆ, ਫਿਰ ਉਹਨੇ ਇਹ ਦੱਸਿਆ ਕਿ ਮੈਂ ਜੇ ਇੱਦਾਂ ਹੁੰਦਾ ਮੈਂ ਤਾਂ ਬਹੁਤ ਚਿਰ ਦਾ ਇਹ ਦੁਨੀਆਂ ਨੂੰ ਛੱਡ ਜਾਂਦਾ, ਲੇਕਿਨ ਉਹਨਾਂ ਦਾ ਹੌਸਲਾ ਜਿਹੜਾ ਸੀ ਬੜਾ ਬੁਲੰਦ ਸੀ, ਔਰ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਸੀ ਉਹ ਤਾਂ ਕੀ ਉਹਨਾਂ ਦਾ ਤਾਂ ਲਫ਼ਜ਼ ਨਹੀਂ ਹੈਗੇ ਕਹਿਣ ਬਾਰੇ ਕਿ ਉਹ ਜਿਹੜੀ ਸਿੱਖਿਆ ਦਿੰਦੇ ਸੀ, ਇਕੱਲੇ ਮੈਨੂੰ ਨਹੀਂ ਹਰ ਇੱਕ ਇਨਸਾਨ ਨੂੰ ਜਿੱਥੇ ਵੀ ਬੈਠੇ, ਉਹ ਆਪਣੀ ਜਿਹੜੀ ਉਹਨਾਂ ਦੀ ਸੋਚ ਸੀ ਉਹ ਛੱਡ ਕੇ ਗਏ, ਉਹ ਆਪਣੀ ਹਰ ਜਗ੍ਹਾ 'ਤੇ ਮੋਹਰ ਲਾ ਕੇ ਗਏ, ਕਮਿਊਨਿਟੀ ਸੈਂਟਰ ਹੋਵੇ ਜਾਂ ਗੁਰੂ ਘਰ ਹੋਵੇ ਜਾਂ ਕੋਈ ਕਮਿਊਨਿਟੀ ਦਾ ਸੈਡ ਫੰਕਸ਼ਨ ਹੋਵੇ ਜਾਂ ਖੁਸ਼ੀ ਵਾਲਾ ਫੰਕਸ਼ਨ ਹੋਵੇ, ਉਹ ਉੱਥੇ ਗਏ ਔਰ ਉਹਨਾਂ ਦੇ ਨਾਲ ਹਮੇਸ਼ਾ ਜੁੜੇ ਰਹੇ। ਸਾਡੇ ਗੁਰਦਿਆਲ ਅੰਕਲ ਜੀ ਜਿਹੜੇ ਹਾਲੇ ਵੀ ਉਹ ਵੀ ਥੋੜ੍ਹੇ ਬਿਰਧ ਹੋ ਗਏ ਨੇ ਹੁਣ, ਲੇਕਿਨ ਹਾਲੇ ਵੀ ਉਹਨਾਂ ਬਾਰੇ ਗੱਲ ਕਰਦੇ ਆ ਤਾਂ ਰੋਣ ਲੱਗ ਜਾਂਦੇ ਆ ਕਿ ਮੇਰਾ ਇੱਕ ਸਹਾਰਾ ਸੀ ਬੁਢਾਪੇ ਦਾ, ਕਿ ਮੈਂ ਜਿੱਥੇ ਵੀ ਜਾਣਾ ਜਦੋਂ ਵੀ ਹੋਣਾ ਢੇਸੀ ਸਾਹਿਬ ਨੂੰ ਕਾਲ ਕਰੋ, ਕਿ ਉਹਨਾਂ ਨੂੰ ਇੱਕ ਆਹਰ ਲੱਗਾ ਹੋਇਆ ਸੀ ਕਿ ਮੈਂ ਹਰ ਰੋਜ਼ ਜਾਣਾ ਅਤੇ ਢੇਸੀ ਸਾਹਿਬ ਨੂੰ ਗੱਡੀ 'ਚ ਲੈ ਕੇ ਫਿਰ ਉਹਨੀ ਗਾਹ ਫੰਕਸ਼ਨ 'ਤੇ ਜਾਣਾ। ਪਰ ਦੋਸਤੋ ਇੱਕ ਇਹ ਚੀਜ਼ ਐਸੀ ਆ ਕਿ ਸੂਈ ਨਹੀਂ ਰੁਕਦੀ, ਬੜਾ ਵੱਡਾ ਸਮਾਂ ਜਿਹੜਾ ਉਹਨੂੰ ਕੋਈ ਰੋਕ ਨਹੀਂ ਸਕਿਆ, ਮੈਂ ਤਾਂ ਕੀ ਰੋਕਣਾ। ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਛੋਟੀ ਜਿਹੀ ਬ੍ਰੇਕ ਦਿਓ। ਇਸ ਤਰ੍ਹਾਂ ਆਪਣੇ ਕੁਛ ਸੱਜਣ ਜੁੜੇ ਨੇ ਜਿਹੜੇ ਉਹਨਾਂ ਨਾਲ ਵਿਚਰੇ ਨੇ, ਅਤੇ ਅੱਜ ਉਹਨਾਂ ਦੇ ਬੇਟੇ ਜਗਰੂਪ ਸਾਹਿਬ ਨਾਲ ਵੀ ਤੁਹਾਨੂੰ ਮਿਲਾਵਾਂਗੇ। ਮੈਨੂੰ ਦਿਓ ਇੱਕ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਵਾਗਤ ਆ, ਆਪਾਂ ਗੱਲ ਕਰਾਂਗੇ ਫਿਰ ਉਸੇ ਸ਼ਖਸੀਅਤ ਦੀ ਕਿ ਜਿਹਨਾਂ ਦਾ ਹਰ ਵੇਲੇ ਮਨ ਦੇ ਵਿੱਚ ਇੱਕ ਖਿਆਲ ਰਹਿੰਦਾ ਕਿ ਜਦੋਂ ਵੀ ਕਿਤੇ ਗੁਰੂ ਘਰ ਜਾਈਏ ਜਾਂ ਕਿਸੇ ਵੀ ਕੋਈ ਕਮਿਊਨਿਟੀ ਦਾ ਕੰਮ ਜਿਹੜਾ ਹੋਵੇ ਉਹਦੇ ਬਾਰੇ ਜਦੋਂ ਕਦੇ ਸੋਚਦੇ ਹਾਂ ਤਾਂ ਉੱਥੇ ਫਿਰ ਯਾਦ ਆ ਜਾਂਦੀ ਆ ਸਾਡੇ ਨਰਿੰਦਰ ਸਿੰਘ ਜੀ ਢੇਸੀ। ਅਤੇ ਅੱਜ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਸਟੂਡੈਂਟ ਜਿਹੜੇ ਉਹਨੂੰ ਕਾਫੀ ਸਮੇਂ ਤੋਂ ਜਾਣਦੇ ਸੀ, ਪੈਨਸਲਵੇਨੀਆ ਤੋਂ ਜੀ। ਤੁਹਾਡਾ ਨਿੱਘਾ ਸਵਾਗਤ ਹੈ ਜਸਟ ਟੀਵੀ 'ਤੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਜੀ ਕਹੂੰਗਾ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿਹੜੀ ਸਟੇਟ ਤੋਂ, ਤੁਹਾਡਾ ਨਾਂ ਦਾ ਖੈਰ ਡਿਸਪਲੇ ਰਿਹਾ, ਜ਼ਰੂਰ ਆਪਣਾ ਨਾਂ ਦੱਸੋ, ਤੁਸੀਂ ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ?
ਜਿਮੀ ਜੀ, ਮੇਰਾ ਨਾਂ ਰਵਿੰਦਰ ਸਿੰਘ ਸਹਿਰਾ ਹੈਗਾ ਤੇ ਮੈਂ ਪੰਜਾਬੀ ਦਾ ਮਤਲਬ ਪੋਇਟ ਹੈਗਾ ਤੇ ਪੈਨਸਲਵੇਨੀਆ ਸਟੇਟ ਵਿੱਚ ਰਹਿੰਦਾ ਹਾਂ। ਤੇ ਪ੍ਰੋਫੈਸਰ ਢੇਸੀ ਹੋਰਾਂ ਦੇ ਨਾਲ ਸਾਡਾ ਵਾਹ ਉਸ ਵੇਲੇ ਦਾ ਪਿਆ ਹੋਇਆ ਜਦੋਂ ਮੈਂ ਤੁਹਾਨੂੰ ਪਿੱਛੇ ਨਾ 5 ਦਹਾਕੇ ਲੈ ਜਾਵਾਂ, 1967-68 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਇੱਕ ਸਟਰਗਲ ਚੱਲੀ ਸੀ ਜੀ, ਆਪਣੀਆਂ ਫੀਸਾਂ ਦੇ ਵਾਧੇ ਨੂੰ ਲੈ ਕੇ ਤੇ ਹੋਰ ਕੁਝ ਮੰਗਾਂ ਨੂੰ ਲੈ ਕੇ। ਉਦੋਂ ਉੱਥੇ ਦਰਸ਼ਨ ਸਿੰਘ ਬਾਗੀ ਨਾਂ ਦਾ ਇੱਕ ਵਿਦਿਆਰਥੀ ਹੁੰਦਾ ਸੀ ਜਿਹਨੇ ਉਸ ਸਮੇਂ ਦੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਤੇ ਆਪਣੀ ਯੂਨੀਵਰਸਿਟੀ ਵਿੱਚ ਇੱਕ ਬਹੁਤ ਤਕੜੀ ਯੂਨੀਅਨ ਬਣਾ ਕੇ ਵਿਦਿਆਰਥੀਆਂ ਦੀਆਂ ਮੰਗਾਂ ਮਨਵਾਈਆਂ। ਉਹਨਾਂ ਦੇ ਨਾਲ ਦਰਸ਼ਨ ਬਾਗੀ ਹੋਰਾਂ ਦੇ ਨਾਲ ਜਿਹੜੇ ਅੱਜ ਕੱਲ੍ਹ ਆਪਣੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਬੜੇ ਤਕੜੇ ਅਫਸਰ ਲੱਗੇ ਹੋਏ ਨੇ, ਹਾਂਜੀ, ਉਹਨਾਂ ਨੇ ਫਿਰ ਪ੍ਰੋਫੈਸਰ ਢੇਸੀ ਹੋਰਾਂ ਦੇ ਨਾਲ ਲੈ ਕੇ ਜਦੋਂ ਕਿ ਇਹ ਉਦੋਂ ਖਾਲਸਾ ਕਾਲਜ ਜਲੰਧਰ ਵਿੱਚ ਵਿਦਿਆਰਥੀ ਹੁੰਦੇ ਸੀ, ਹੈਲੋ ਜੀ, ਇਹਨਾਂ ਨੂੰ ਨਾਲ ਲੈ ਕੇ ਪੰਜਾਬ ਸਟੂਡੈਂਟ ਯੂਨੀਅਨ ਨਾਂ ਦੀ ਇੱਕ ਜਥੇਬੰਦੀ ਉਸਾਰੀ ਜਿਹੜੇ ਆਪਣੀਆਂ ਕੁੱਲ ਜ਼ਿਲ੍ਹਿਆਂ ਵਿੱਚ ਸਾਰੇ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਇਕਾਈਆਂ ਬਣਾਈਆਂ ਤੇ ਪੰਜਾਬ ਨੂੰ ਇੱਕ ਬਹੁਤ ਤਕੜੀ ਲਹਿਰ ਦੇ ਦਾ ਨਾਂ ਬਣਿਆ। ਇਹ 1967-68 ਦੀ ਗੱਲ ਹੈਗੀ ਆ ਮੇਰੇ ਖਿਆਲ, ਤੇ 1971-72 ਵਿੱਚ ਜਦੋਂ ਇੱਥੋਂ ਖਾਲਸਾ ਕਾਲਜ ਤੋਂ ਜਲੰਧਰ ਤੋਂ MA ਕਰਕੇ ਬੇਰਿੰਗ ਕਾਲਜ ਵਿੱਚ ਪ੍ਰੋਫੈਸਰ ਲੱਗ ਜਾਂਦੇ ਨੇ, ਤੇ ਉਹਨਾਂ ਦਿਨਾਂ ਵਿੱਚ ਹੀ ਮੈਂ ਰਾਮਗੜੀਆ ਕਾਲਜ ਫਗਵਾੜੇ ਵਿੱਚ ਸੀ ਤੇ 74 ਵਿੱਚ ਮੈਨੂੰ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਇਹਨਾਂ ਦੀ ਸ਼ੁਰੂ ਕੀਤੀ ਹੋਈ ਸੀ ਉਹਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਤੇ ਮੈਂ ਇਹਨਾਂ ਕੋਲ ਖਾਲਸਾ ਕਾਲਜ ਜਲੰਧਰ ਤੇ ਕੁਝ ਹੋਰ ਵਿਦਿਆਰਥੀਆਂ ਨੂੰ ਲੈ ਕੇ ਅਸੀਂ ਗਏ ਕਿ ਤਾਂ ਕਿ ਇਹਨਾਂ ਦੇ ਤਜਰਬੇ ਤੋਂ ਸਾਨੂੰ ਕੋਈ ਸੇਧ ਮਿਲ ਸਕੇ ਤੇ ਇਹਨਾਂ ਤੋਂ ਜਿਹੜੀਆਂ ਆਪਾਂ ਘੋੜਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਬਰੀਕੀਆਂ ਨੂੰ ਜਾਣਿਆ ਜਾ ਸਕੇ। ਉਹਨਾਂ ਨੇ ਸਾਡੀ ਉਸ ਵੇਲੇ ਬਹੁਤ ਹੀ ਵਧੀਆ ਮਦਦ ਕੀਤੀ, ਪਰ ਅਨਫੋਰਚੁਨੇਟਲੀ ਥੋੜੇ ਚਿਰਾਂ ਬਾਅਦ ਹੀ 1975 ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਐਮਰਜੈਂਸੀ ਲਗਾ ਦਿੱਤੀ ਗਈ ਤੇ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਹਰ ਵਿਰੋਧੀ ਪਾਰਟੀ ਨੂੰ ਉਹਨਾਂ ਤੇ ਮੀਸਾ ਲਗਾ ਕੇ, ਜਿਹੜਾ ਕਿ ਉਸ ਵੇਲੇ ਇੱਕ ਬਹੁਤ ਹੀ ਕਾਲਾ ਕਾਨੂੰਨ ਜਿਹੜਾ ਸੀਗਾ, ਮੀਸਾ ਮਤਲਬ ਸੀਗਾ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਉਸ ਕਾਨੂੰਨ ਦੇ ਅਧੀਨ ਕਿਸੇ ਵੀ ਵਿਦਿਆਰਥੀ ਜਾਂ ਆਗੂ ਨੂੰ ਕੋਈ ਨਾ ਤਾਂ ਵਕੀਲ ਕਰਨ ਦੀ ਇਜਾਜ਼ਤ ਹੁੰਦੀ ਸੀ ਤੇ ਨਾ ਹੀ ਉਹ ਕੋਈ ਕੋਰਟ ਵਿੱਚ ਆਪਣਾ ਕੇਸ ਲੜ ਸਕਦਾ ਸੀ। ਤੇ ਸਾਡਾ ਲਿੰਕ ਜਿਹੜਾ ਸੀਗਾ ਉਹਨਾਂ ਸਾਲਾਂ ਵਿੱਚ ਕੁਛ ਸਾਲ ਟੁੱਟਿਆ ਰਿਹਾ ਜਦੋਂ ਤੱਕ ਐਮਰਜੈਂਸੀ ਖਤਮ ਹੋਈ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਅਸੀਂ ਫਿਰ ਇੱਕ ਦੂਜੇ ਨਾਲ ਮਿਲਣਾ ਸ਼ੁਰੂ ਕੀਤਾ। ਇਹਨਾਂ ਤੋਂ ਜ਼ਿਆਦਾਤਰ ਅਸੀਂ ਸਲਾਹ ਹੀ ਲੈਣ ਜਾਂਦੇ ਸੀ ਖਾਲਸਾ ਕਾਲਜ ਜਲੰਧਰ ਵਿੱਚ, ਤੇ ਤਾਂ ਕਿ ਅਸੀਂ ਵਿਦਿਆਰਥੀ ਘੋਲਾ ਨੂੰ ਇਹਨਾਂ ਦੀ ਤਰਜ਼ ਤੇ ਹੀ ਅੱਗੇ ਲਿਜਾ ਸਕੀਏ। 1981-82 ਵਿੱਚ ਕਿਉਂਕਿ ਮੇਰੇ 4-5 ਸਾਲ ਜਿਹੜੇ ਸੀਗੇ ਤਿੰਨ ਆਪਣੇ ਐਮਰਜੈਂਸੀ ਤੇ ਹੋਰ ਘੋਲਾਂ ਦੇ ਕਾਰਨ ਪੜ੍ਹਾਈ ਤੋਂ ਪਛੜ ਗਏ। 1979-80 ਵਿੱਚ ਜਦੋਂ ਮੈਂ ਖਾਲਸਾ ਕਾਲਜ ਜਲੰਧਰ ਵਿੱਚ ਦਾਖਲਾ ਲੈਣ ਲਈ ਗਿਆ ਤਾਂ ਪੰਜਾਬ ਦੀ ਸਰਕਾਰ ਵੱਲੋਂ 52 ਵਿਦਿਆਰਥੀਆਂ ਦੇ ਉਸ ਵੇਲੇ ਇੱਕ ਲਿਸਟ ਤਿਆਰ ਕੀਤੀ ਗਈ ਸੀ ਕਿ ਜਿਹਨਾਂ ਨੂੰ ਕਿਸੇ ਵੀ ਕਾਲਜ ਵਿੱਚ ਦਾਖਲਾ ਨਹੀਂ ਸੀ ਮਿਲ ਸਕਦਾ। ਖਾਲਸਾ ਕਾਲਜ ਜਲੰਧਰ ਵਿੱਚ ਉਦੋਂ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਜੀ ਸਨ ਤੇ ਪ੍ਰੋਫੈਸਰ ਢੇਸੀ ਹੋਰੀ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਆਫ ਹੈੱਡ ਸਨ। ਇਹਨਾਂ ਨੇ ਆਪਣੀ ਸਿਫਾਰਿਸ਼ ਤੇ ਕਹਿ ਕੇ ਮੈਨੂੰ ਉੱਥੇ ਦਾਖਲਾ ਕਰਵਾਇਆ ਤੇ ਮੇਰੀ ਪਹਿਲੀ ਕਵਿਤਾ ਦੀ ਕਿਤਾਬ ਵੀ 1980 ਵਿੱਚ ਉੱਥੇ ਹੀ ਖਾਲਸਾ ਕਾਲਜ ਪੜ੍ਹਦਿਆਂ ਹੀ ਇਹਨਾਂ ਨੇ ਤੇ ਪ੍ਰੋਫੈਸਰ ਨਰਜੀਤ ਸਿੰਘ ਖਹਿਰਾ ਸੀ ਜਿਹੜੇ ਕਿ ਇਹਨਾਂ ਦੇ ਪਿੰਡ ਤੋਂ ਹੀ ਵਾਕਫ ਸਨ ਤੇ ਇਹਨਾਂ ਨੇ ਹਾਈ ਸਕੂਲ ਦੀ ਵਿੱਦਿਆ ਵੀ ਇਕੱਠਿਆਂ ਕੀਤੀ ਸੀ, ਉਹ ਖੁਦ ਵੀ ਕਵੀ ਸਨ। ਇਹਨਾਂ ਦੋਵਾਂ ਨੇ ਆਪਣੇ ਰਲ ਕੇ ਉੱਥੇ ਰਿਲੀਜ਼ ਕੀਤੀ ਤੇ ਉਸ ਤੋਂ ਮੇਰਾ ਜਿਹੜਾ ਕਵਿਤਾ ਦਾ ਸਫ਼ਰ ਤੇ ਰਾਜਨੀਤਿਕ ਸਫ਼ਰ ਜਾਂ ਸਾਹਿਤਕ ਸਫ਼ਰ ਜਿਹੜਾ ਸੀਗਾ ਇਹਨਾਂ ਦੀ ਰਹਿਨੁਮਾਈ ਥੱਲੇ ਸ਼ੁਰੂ ਹੋਇਆ। ਜੀ ਜੀ, ਮਤਲਬ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਤੇ ਉਹਨਾਂ ਦਾ ਬੇਟਾ ਜਗਰੂਪ ਸਿੰਘ ਜੋ ਉਹਨਾਂ ਦੀ ਬੇਟੀ ਪਰਮਜੋਤ ਹੈਗੇ ਨੇ ਉਹਨਾਂ ਬਾਰੇ ਗੱਲਾਂ ਦੱਸ ਸਕਦੇ ਨੇ। ਜਿਹੜੀਆਂ ਗੱਲਾਂ ਉਹਨਾਂ ਨੂੰ ਮੈਂ ਦੇਖੀਆਂ ਸੁਣੀਆਂ ਮੈਂ ਤੁਹਾਨੂੰ ਉਹਨਾਂ ਬਾਰੇ ਗੱਲ ਕਰਦਾ ਕਿ ਉਹ ਇੱਕ ਪ੍ਰਮੁੱਖ ਸ਼ਖਸੀਅਤ ਸਨ ਜਿਹੜੇ ਕਿ ਬਹੁਤ ਹੀ ਸੁਲਝੇ ਹੋਏ। ਕਦੀ ਉਹਨਾਂ ਨੇ ਭਾਵੇਂ ਉਹ ਵਿੱਦਿਆ ਦਾ ਖੇਤਰ ਹੋਵੇ, ਭਾਵੇਂ ਸਮਾਜਿਕ ਖੇਤਰ ਹੋਵੇ ਤੇ ਭਾਵੇਂ
ਹੋਰ ਕੋਈ ਰਾਜਨੀਤਿਕ ਖੇਤਰ ਹੋਵੇ, ਉਹਨਾਂ ਦੀ ਪਹੁੰਚ ਇੰਨੀ ਪਕੜ ਉਹਨਾਂ ਦੀ ਮਜ਼ਬੂਤ ਸੀ ਕਿ ਉਹ ਕਦੀ ਵੀ ਕਿਸੇ ਨੂੰ ਗਲਤ ਸਲਾਹ ਨਹੀਂ ਦਿੰਦੇ ਸਨ ਜਿਵੇਂ ਤੁਸੀਂ ਕਹਿੰਦੇ ਹੋ। ਜੀ ਜੀ ਇੱਕ ਗੱਲ ਤੁਸੀਂ ਕੀਤੀ ਸੀਗੀ ਵੀ 20 ਤੋਂ 35 ਸਾਲ ਦੇ ਜਿਹੜੇ ਵਰੇ ਹੁੰਦੇ ਨੇ ਉਹ ਬੰਦੇ ਲਈ ਬਹੁਤ ਹੀ ਚੁਣੌਤੀ ਭਰਪੂਰ ਹੁੰਦੇ ਨੇ, ਪਰ ਇਹਨਾਂ ਬਾਰੇ ਮੈਂ ਆਪਣੇ ਜਿਵੇਂ ਸੁਣਿਆ ਜਿਵੇਂ ਇਹ ਦੱਸਦੇ ਹੁੰਦੇ ਸੀ ਇਹਨਾਂ ਦੀ ਜਿਹੜੀ ਸੋਚ ਸੀਗੀ ਇੱਕ ਬਹੁਤ ਹੀ ਅਗਾਂਹਵਧੂ ਸੋਚ ਸੀ। ਇਹਨਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਕੰਮ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਪ੍ਰਾਈਵੇਟ ਕਾਲਜ ਦੇ ਅਧਿਆਪਕਾਂ ਦੀ ਹੜਤਾਲ ਚੱਲੀ ਤਾਂ ਉਦੋਂ ਇਹਨਾਂ ਨੂੰ ਉਦੋਂ ਵੀ ਜੇਲ੍ਹ ਵੀ ਕੱਟਣੀ ਵੀ ਪਈ। ਮਤਲਬ ਇਹਨਾਂ ਦੀ ਜ਼ਿੰਦਗੀ ਸੰਘਰਸ਼ਾਂ ਦੀ ਜ਼ਿੰਦਗੀ ਸੀ। ਕਦੀ ਵੀ ਇਹਨਾਂ ਨੇ ਸਮਝੌਤੇ ਨਾਲ ਸਰਕਾਰਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਆਪਣੀ ਗੱਲ ਆਪਣੀ ਮੰਗਾਂ ਪੂਰੀ ਤਨਦੇਹੀ ਦੇ ਨਾਲ ਇਹਨਾਂ ਨੇ ਲੜੀਆਂ ਤੇ ਮਨਵਾਈਆਂ ਤੇ ਕਰਕੇ ਹੀ ਜਲੰਧਰ ਦੇ ਬਾਕੀ ਸਾਰੇ ਪ੍ਰਾਈਵੇਟ ਕਾਲਜਾਂ ਵਿੱਚ ਤੇ ਹੋਰ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਇਹਨਾਂ ਦੀ ਸ਼ਖਸੀਅਤ ਦੀ ਇੰਨੀ ਪ੍ਰਮਾਣਤਾ ਸੀ ਕਿ ਇਹਨਾਂ ਦੀ ਗੱਲ ਨੂੰ ਕਦੀ ਵੀ ਕੋਈ ਜਿਹੜਾ ਸੀ ਆਪਣੇ ਨਕਾਰਦਾ ਨਹੀਂ ਸੀ, ਇਹਨਾਂ ਦੀ ਸਲਾਹ ਹਮੇਸ਼ਾ ਹੀ ਲੈਂਦਾ ਰਿਹਾ ਸੀ। ਵਿਦਿਆਰਥੀ ਐਜ਼ ਏ ਅਧਿਆਪਕ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਆਮ ਹੁੰਦਾ ਹੈ ਕਿ ਐਮ ਏ ਦੀਆਂ ਕਲਾਸਾਂ ਵਿੱਚ ਜਿਹੜੇ ਮੈਂ ਗੱਲ ਬੜੀ ਆਪਣੇ ਸੋਰੀ ਕਹਿੰਦਾ ਵੀ ਕੁਛ ਅਧਿਆਪਕ ਜਿਹੜੇ ਹੁੰਦੇ ਨੇ ਨੋਟਸ ਬਣਾ ਕੇ ਲਿਆਉਂਦੇ ਨੇ ਤੇ ਉਹ ਨੋਟਸਾਂ ਨੂੰ ਪੜ੍ਹ ਕੇ ਸੁਣਾਉਂਦੇ ਰਹਿੰਦੇ ਨੇ ਤੇ ਵਿਦਿਆਰਥੀ ਮੂਹਰੇ ਲਿਖਦੇ ਰਹਿੰਦੇ ਨੇ। ਸਿਰਫ ਪੇਸੀ ਸਾਹਿਬ ਤੇ ਇੰਦਰਜੀਤ ਖਹਿਰਾ ਦੋ ਅਧਿਆਪਕ ਸਨ ਜਿਹੜੇ 2 ਸਾਲ ਵਿੱਚ ਮੈਂ ਉੱਥੇ ਖਾਲਸਾ ਕਾਲਜ ਜਲੰਧਰ ਪੜ੍ਹਦਿਆਂ ਦੇਖੇ। ਇਹਨਾਂ ਦੇ ਹੱਥ ਵਿੱਚ ਕਦੀ ਕੋਈ ਪੇਪਰ ਨਹੀਂ ਹੁੰਦਾ ਸੀ, ਕਦੀ ਕੋਈ ਨੋਟਸ ਨਹੀਂ ਹੁੰਦਾ ਸੀ। ਇਹ ਕਲਾਸ ਵਿੱਚ ਆਉਂਦੇ ਸੀ ਤੇ ਆਉਂਦੇ ਹੀ ਆਪਣਾ ਜਿਹੜਾ ਆਪਣਾ ਇਹਨਾਂ ਨੇ ਜਵਾਨੀ ਲੈਕਚਰ ਉਸ ਆਪਣੇ ਕੋਰਸ ਦੇ ਹਿਸਾਬ ਨਾਲ ਦੱਸਣਾ ਤੇ ਸਮਝਾਉਣਾ ਇਸ ਤਰ੍ਹਾਂ ਕਿ ਬੰਦੇ ਦੇ ਅੰਦਰ ਜਿਸ ਤਰ੍ਹਾਂ ਆਪਾਂ ਘਿਓ ਦੀਆਂ ਬੂੰਦਾਂ ਨਹੀਂ ਜਾਂਦੀਆਂ ਹੁੰਦੀਆਂ, ਇਸ ਤਰ੍ਹਾਂ ਉਹਨਾਂ ਦੀਆਂ ਬੂੰਦਾਂ ਸਾਡੇ ਅੰਦਰ ਜਿਹੜੀਆਂ ਉਹਦੇ ਗਿਆਨ ਦੀਆਂ ਬੂੰਦਾਂ ਜਾਂਦੀਆਂ ਹੁੰਦੀਆਂ ਸੀ। ਇਹਨਾਂ ਦੀ ਵਿਦਿਅਕ ਪੱਧਰ ਦਾ ਇਹਨਾਂ ਦੀ ਪੜ੍ਹਾਈ ਦੇ ਸੁਚੱਜੇ ਢੰਗ ਦਾ ਇੱਕ ਬਹੁਤ ਵੱਡਾ ਪ੍ਰਮਾਣ ਹੈਗਾ ਜਿਹੜਾ ਮੈਂ ਇਸ ਵੇਲੇ ਉਸ ਗੱਲ ਦਾ ਗਵਾਹ ਹੈਗਾ ਤੇ ਇੰਨੇ ਵਿਦਿਆਰਥੀਆਂ ਵਿੱਚ ਆਪਣੇ ਹਰਮਨ ਪਿਆਰੇ ਸੀ ਕਿ ਵਿਦਿਆਰਥੀ ਜਾਂ ਵਿਦਿਆਰਥਣਾ ਕੋਈ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਆਪਣੇ ਘਰੇਲੂ ਜ਼ਿੰਦਗੀ ਬਾਰੇ ਇਹਨਾਂ ਨਾਲ ਸਲਾਹ ਕਰ ਲੈਂਦੇ ਸਨ ਤੇ ਖੁਦ ਵੀ ਇਹ ਇੰਨੇ ਨਿਰਮਾਣ ਸੀਗੇ ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਮੈਂ ਐਮ ਏ ਕਰਦਿਆਂ ਹੀ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਤੇ ਸਾਡਾ ਪਿੰਡ ਖਾਲਸਾ ਕਾਲਜ ਤੋਂ ਕੋਈ 5-6 ਕਿਲੋਮੀਟਰ ਰਾਏਪੁਰ ਫਰਾਲਾ ਹੈਗਾ ਤੇ ਇਹਨਾਂ ਨੇ ਕਦੀ ਕਦਾਈ ਸਾਡੇ ਪਿੰਡ ਵੀ ਗੇੜਾ ਮਾਰ ਜਾਣਾ ਤੇ ਜਾਂ ਇਹਨਾਂ ਦੇ ਘਰ ਅਸੀਂ ਜਦੋਂ ਵੀ ਜੀ ਚਾਹੇ ਜਦੋਂ ਕੋਈ ਸਵਾਲ ਪੁੱਛਣਾ ਹੋਣਾ ਜਾਂ ਕੋਈ ਸਲਾਹ ਕਰਨੀ ਹੋਣੀ ਅਸੀਂ ਇਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਵਿਦਿਆਰਥੀਆਂ ਲਈ ਖੁੱਲੇ ਰਹਿੰਦੇ ਸਨ। ਜੀ ਜੀ ਇਹੋ ਜਿਹੀ ਸ਼ਖਸੀਅਤ ਸੀਗੇ ਇਹ। ਜੀ ਰਜਿੰਦਰ ਸਿੰਘ ਜੀ ਤੁਹਾਡਾ ਜੇ ਤਾਂ ਆਪਾਂ ਗੱਲਾਂ ਕਰਨ ਲੱਗੀਏ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਤੇ ਜਦੋਂ ਤੋਂ ਇਹਨਾਂ ਦੇ ਘਰ ਵਿੱਚ ਆਪਣੇ ਦੁਰਘਟਨਾ ਹੋਈ ਤੇ ਇੱਥੇ ਆਪਣੇ ਆਪਣੀ ਬੇਟੀ ਕੋਲ ਆ ਗਏ ਤੇ ਉਸ ਤੋਂ ਬਾਅਦ ਵੀ ਪਿਛਲੇ 10-12 ਸਾਲ ਸਾਡੇ ਨਾਲ ਇਹਨਾਂ ਦਾ ਸੰਪਰਕ ਲਗਾਤਾਰ ਰਿਹਾ। ਕੋਈ ਵੀ ਗੱਲਬਾਤ ਸਲਾਹ ਲੈਣੀ ਜਾਂ ਲਿਖਣ ਦੀ ਗੱਲ ਕਰਨੀ ਸਾਡੀ ਮੇਰੀਆਂ ਕਿਤਾਬਾਂ ਬਾਰੇ ਇਹਨਾਂ ਨੇ ਆਰਟੀਕਲ ਵੀ ਲਿਖੇ ਤੇ ਇੱਕ ਸਲਾਹ ਵੀ ਦਿੰਦੇ ਰਹੇ। ਸਾਡੇ ਕੋਲ ਇੱਥੇ ਆਪਣੇ ਕੁਝ ਦੋਸਤਾਂ ਨੂੰ ਲੈ ਕੇ ਸਾਡੇ ਘਰੇ ਵੀ ਆਏ ਤੇ ਮਤਲਬ ਸਾਨੂੰ ਆਪਣੇ ਮੈਨੂੰ ਇਹ ਕਹਿੰਦੇ ਹੁੰਦੇ ਸੀ ਤੂੰ ਮੇਰਾ ਆਪਣੇ ਵਿਦਿਆਰਥੀ ਨੀ ਮੇਰਾ ਛੋਟਾ ਭਰਾ ਆ ਤੇ ਹਮੇਸ਼ਾ ਹੀ ਇਹਨਾਂ ਨੇ ਆਪਣੇ ਭਰਾਵਾਂ ਵਰਗਾ ਪਿਆਰ ਦਿੱਤਾ ਤੇ ਮੈਨੂੰ ਇਹਨਾਂ ਤੋਂ ਵੱਡੇ ਭਰਾਵਾਂ ਵਰਗਾ ਜਾਂ ਇੱਕ ਪਿਓ ਵਰਗਾ ਜਿਹੜਾ ਸੀ ਪਿਆਰ ਮਿਲਦਾ ਰਿਹਾ। ਜਿਹਦੀ ਜਿਹੜੀ ਤੁਸੀਂ ਗੱਲ ਕੀਤੀ ਕਿ ਵੱਡੇ ਭਰਾ ਤੇ ਪਿਓ ਇਹਨਾਂ ਦੇ ਵਿੱਚ ਆਲ ਇਨ ਵਨ ਕੁਆਲਿਟੀ ਸੀਗੀ ਜਿਹਨਾਂ ਨੂੰ ਮੈਂ ਪਿਛਲੇ 10 ਸਾਲ ਤੋਂ ਇੱਥੇ ਇੰਡੀਆ ਵਿੱਚ ਰਹਿੰਦਿਆਂ ਨੂੰ ਦੇਖਦੇ ਹੋਏ ਉਹਨਾਂ ਨਾਲ ਵਿਚਰਦੇ ਹੋਏ ਇਹ ਗੱਲਾਂ ਮਹਿਸੂਸ ਕੀਤੀਆਂ ਕਿ ਇਹ ਕੁਆਲਿਟੀਆਂ ਜ਼ਿਆਦਾ ਇਨਸਾਨਾਂ ਵਿੱਚ ਨਹੀਂ ਹੁੰਦੀਆਂ, ਪਰ ਇੱਕ ਸਮਾਂ ਆ ਜਿਹੜਾ ਉਹ ਤੁਹਾਨੂੰ ਬਹੁਤ ਕੁਛ ਸਿਖਾਉਂਦਾ ਅਤੇ ਸਮਾਂ ਕਿਸੇ ਦਾ ਬਲੀਦਾਨ ਨਹੀਂ, ਸਮਾਂ ਲੰਘੀ ਜਾਂਦਾ। ਇੱਕ ਵਿਹੜਾ ਹੋ ਗਿਆ ਬ੍ਰੇਕ ਤੋਂ ਬਾਅਦ, ਰਜਿੰਦਰ ਸਿੰਘ ਜੀ ਤੁਸੀਂ ਜੁੜੇ ਰਹੋ, ਇਸੇ ਤਰ੍ਹਾਂ ਹੀ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਆਪਾਂ ਫਿਰ ਗੱਲ ਕਰਦੇ ਹਾਂ ਉਸ ਸ਼ਖਸੀਅਤ ਦੀ ਕਿ ਜਿਹਨਾਂ ਨੂੰ ਅੱਜ ਆਪਾਂ ਇੰਨਾ ਕੁ ਮਿਸ ਕਰ ਰਹੇ ਹਾਂ ਕਿ ਜਦੋਂ ਵੀ ਕੋਈ ਗੱਲ ਹੁੰਦੀ ਉਹਨਾਂ ਦੀ ਯਾਦ ਆਉਂਦੀ ਅਤੇ ਫਿਰ ਆਪਾਂ ਇਸ ਗੱਲ ਨੂੰ ਸੋਚੀਦਾ। ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਿੰਨੀ ਕਿਸੇ ਨੇ ਇੱਥੇ ਬੈਠਾ ਨਹੀਂ ਰਹਿਣਾ, ਕੀ ਰਾਜੇ ਕੀ ਰਾਣੇ, ਸਭ ਕੀ ਆਈ ਵਾਰੀ। ਇਹ ਕੋਈ ਇੱਥੇ ਐਸਾ ਇਨਸਾਨ ਨਹੀਂ ਹੈ ਕਿ ਬੈਠਾ ਰਹਿ ਗਿਆ ਦੁਨੀਆ 'ਤੇ, ਲੇਕਿਨ ਜਿਹੜੇ ਵਧੀਆ ਇਨਸਾਨ ਢੇਸੀ ਸਾਹਿਬ ਵਰਗੇ ਜਿਹੜੇ ਸਾਨੂੰ ਉਹ ਚੀਜ਼ਾਂ ਦੇ ਗਏ ਜਾਂ ਉਹ ਗੱਲਾਂ ਦੱਸ ਗਏ ਜਿਹੜੀਆਂ ਹੁਣ ਕੋਈ ਨਹੀਂ ਦੱਸ ਸਕਦਾ ਜਾਂ ਬਹੁਤ ਘੱਟ ਇਨਸਾਨ ਨੇ ਉਸ ਤਰ੍ਹਾਂ ਦੇ, ਅਤੇ ਅੱਜ ਆਪਾਂ ਉਹਨਾਂ ਰੂਬਰੂ ਕਰਾਵਾਂਗੇ ਉਹਨਾਂ ਦੇ ਬੇਟੇ ਜਗਰੂਪ ਸਿੰਘ ਜੀ। ਜਗਰੂਪ ਸਿੰਘ ਜੀ ਨਿੱਘਾ ਸਵਾਗਤ ਹੈ ਤੁਹਾਡਾ ਜਸ ਟੀਵੀ 'ਤੇ ਜੀ।
ਸਸ਼ੀਕਾਲ ਜਮੀ ਜੀ, ਰਵਿੰਦਰ ਜੀ ਨੂੰ ਸਸ਼ੀਕਾਲ, ਵੱਡੇ ਭਰਾ ਨੇ ਸਹਿਰਾ ਸਾਹਿਬ, ਔਰ ਜਸ ਟੀਵੀ ਦੇ ਸਾਰੇ ਵਿਊਅਰਸ ਨੂੰ ਸਸ਼ੀਕਾਲ ਜੀ। ਜਗਰੂਪ ਜੀ, ਜਿਹੜੇ ਤੁਹਾਡੇ ਫਾਦਰ ਸਾਹਿਬ ਸੀਗੇ, ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਮੈਂ ਉਹਨਾਂ ਬਾਰੇ ਕੋਈ ਤਾਰੀਫ ਕਰ ਸਕਾਂ, ਕਿ ਉਹ ਮੈਂ ਕਹਿੰਦਾ ਕਿ ਉਹ ਤਾਰੀਫ ਉਹਨਾਂ ਨੂੰ ਲੋੜ ਨਹੀਂ ਸੀ, ਤਾਰੀਫ ਉਹਨਾਂ ਦੇ ਅੱਗੇ ਪਿੱਛੇ ਘੁੰਮਦੀ ਸੀ, ਕਿਉਂਕਿ ਜਿੱਥੇ ਗਏ ਉਹ ਉੱਥੇ ਆਪਣਾ ਨਾਂ ਛੱਡ ਕੇ ਗਏ, ਜਿੱਥੇ ਬੈਠੇ ਉਹ ਆਪਣੀ ਜਿਹੜੀ ਉਹਨਾਂ ਦੀ ਨੌਲੇਜ ਸੀ ਉਹ ਛੱਡ ਕੇ ਗਏ। ਉਹ ਇੱਕ ਐਸੇ ਫੁੱਲ ਸਨ ਜਿਹਨਾਂ ਨੂੰ ਮੈਂ ਕਹਿ ਸਕਦਾ ਕਿ ਜਿੱਥੇ ਗਏ ਉਹ ਐਵਰਗ੍ਰੀਨ ਫੁੱਲ ਆਪਣੀ ਮਹਿਕ ਉੱਥੇ ਹੀ ਛੱਡ ਕੇ ਗਏ, ਚਾਹੇ ਪਰਿਵਾਰ ਹੋਵੇ, ਚਾਹੇ ਉਹ ਗੁਰੂ ਘਰ ਹੋਵੇ ਜਾਂ ਕੋਈ ਕਮਿਊਨਿਟੀ ਸੈਂਟਰ ਹੋਵੇ, ਜਿੱਥੇ ਗਏ ਉੱਥੇ ਛੱਡ ਕੇ ਗਏ। ਮੈਂ ਤੁਹਾਡੇ ਨਾਲ ਇੱਕ ਆਪਣੇ ਕਾਲਰ ਜੁੜੇ ਨੇ, ਸੁਖਵਿੰਦਰ ਸਿੰਘ ਜੀ ਬਾਜਵਾ, ਉਹਨਾਂ ਨੂੰ ਤੁਹਾਨੂੰ ਬੁਲਾਉਣਾ ਚਾਹੁੰਦਾ, ਮੈਂ ਉਹ ਪੁੱਛਣਾ ਚਾਹੁੰਦੇ ਨੇ ਕੁਛ। ਤੇ ਹਾਂਜੀ ਸੁਖਵਿੰਦਰ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ, ਤੁਸੀਂ ਆਉਣੇ ਰਹੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮੈਂ ਤੋਂ ਡਾਕਟਰ ਰਿਸਪਾਲ ਸਿੰਘ ਆਨਲਾਈਨ ਸ਼ਿਕਾਗੋ ਤੋਂ ਅਰਜ ਕਰ ਰਿਹਾ ਜੀ। ਜੀ ਜੀ ਹਾਂਜੀ, ਪ੍ਰੋਫੈਸਰ ਸਾਹਿਬ ਨਾਲ ਤੁਸੀਂ ਤਾਂ ਖੈਰ ਤੁਹਾਨੂੰ ਬਹੁਤ ਜ਼ਿਆਦਾ ਮੌਕਾ ਮਿਲਿਆ ਕਿਉਂਕਿ ਤੁਹਾਡੇ ਉਹ ਨੇੜੇ ਰਹਿੰਦੇ ਜੀ। ਮੇਰਾ ਵੀ ਉਹਨਾਂ ਨਾਲ ਕੰਟੈਕਟ ਕੋਈ ਪਿਛਲੇ 15-20 ਸਾਲ ਤੋਂ ਸੀ, ਜਦੋਂ ਉਹ ਪਹਿਲਾਂ ਸ਼ਿਕਾਗੋ ਆਏ ਸੀ, ਕਿਉਂਕਿ ਉਹਨਾਂ ਦੇ ਸਿਸਟਰ ਇੱਥੇ ਰਹਿੰਦੇ ਆ ਤੇ ਉਹਨਾਂ ਦੀ ਐਕਸਟੈਂਡਡ ਫੈਮਿਲੀ ਇੱਥੇ ਰਹਿੰਦੀ ਜੀ। ਬਾਕੀ ਜਦੋਂ ਇਹੋ ਜਿਹੀ ਸ਼ਖਸੀਅਤ ਨੂੰ ਜਿਵੇਂ ਤੁਸੀਂ ਹੁਣੇ ਪਹਿਲੇ ਸੈਗਮੈਂਟ 'ਚ ਕਹਿ ਰਹੇ ਸੀ ਵੀ ਇਹੋ ਜਿਹੇ ਲੋਕ ਬੜੇ ਘੱਟ ਹੁੰਦੇ ਆ, ਤਾਂ ਉਹਦਾ ਕਾਰਨ ਹੈ ਜੀ, ਕਿਉਂਕਿ ਜਿਹੜੇ ਲੋਕ ਸਮਾਜਿਕ ਪੱਧਰ ਤੇ ਜਾਂ ਕਿਸੇ ਧਾਰਮਿਕ ਪੱਧਰ ਤੇ ਜਾਂ ਕਿਸੇ ਸਿੱਖਿਆ ਦੇ ਅਦਾਰੇ 'ਚ ਉਹ ਬਹੁਤ ਉੱਚੇ ਲੈਵਲ ਤੇ ਪਹੁੰਚ ਜਾਂਦੇ ਆ, ਉਹਨਾਂ ਨੇ ਜਿਹੜੀ ਆਪਣੀ ਬੇਸਿਕ ਪਹਿਲੀ ਜ਼ਿੰਦਗੀ ਹੁੰਦੀ ਹੈ ਉਹ ਸਾਰੇ ਪੜਾਵਾਂ ਦੇ ਵਿੱਚੋਂ ਲੰਘ ਕੇ ਜਾਂਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਹੁੰਦਾ, ਉਹਨਾਂ ਨੇ ਇਹ ਚੀਜ਼ਾਂ ਖੁਦ ਹੰਡਾਈਆਂ ਹੁੰਦੀਆਂ, ਔਰ ਤਾਂ ਹੀ ਤੁਹਾਨੂੰ ਲੋਕਾਂ ਦੀ ਦਰਦ, ਗਰੀਬ ਦੀ, ਸਮਾਜ ਦੀ, ਧਰਮ ਦੀ ਸਮਝ ਤੁਹਾਨੂੰ ਤਾਂ ਹੀ ਆ ਸਕਦੀ ਹੈ ਜੇ ਤੁਸੀਂ ਉਹਦੇ ਵਿੱਚ ਦੇ ਖੁਦ ਲੰਘੇ ਹੋ। ਜਿਵੇਂ ਸੂਈ ਦੇ ਵਿੱਚੋਂ ਦੀ ਧਾਗਾ ਪਰੋਈਏ, ਇਹ ਜਿਹੜੇ ਪ੍ਰੋਫੈਸਰ ਸਾਹਿਬ ਵਰਗੇ ਇਨਸਾਨ ਹੈ ਇਹ ਉਹਨਾਂ ਚੀਜ਼ਾਂ ਚੋਂ ਲੰਘੇ ਇਨਸਾਨ ਹੈ, ਤਾਂ ਫਿਰ ਜਦੋਂ ਇਹ ਇਨਸਾਨ ਇਸ ਲੈਵਲ ਤੇ ਆ ਜਾਂਦੇ ਆ ਔਰ ਜਿਹੜੀ ਸੁਸਾਇਟੀ ਹੈ ਉਹ ਇਹਨਾਂ ਨੂੰ ਇੱਕ ਚਾਨਣ ਮਿਨਾਰੇ ਵਾਂਗੂ ਦੇਖਦੀ ਹੈ, ਉਹਨਾਂ ਕੋਲ ਸਲਾਹ ਲੈਣ ਜਾਂਦੀ। ਹੁਣ ਗੱਲ ਆਉਂਦੀ ਹੈ ਸਲਾਹ ਤੇ, ਸਲਾਹ ਬਹੁਤ ਲੋਕ ਦਿੰਦੇ ਆ, ਦੇਖੋ ਕੰਪਨੀਆਂ ਖੁੱਲੀਆਂ, ਪੈਸੇ ਲੈ ਕੇ ਵੀ ਆਪਾਂ ਦਿੰਦੇ, ਪਰ ਸਲਾਹ ਦਾ ਇੱਕ ਨਾ ਬੇਸਿਕ ਚੀਜ਼ ਹੁੰਦੀ ਹੈ, ਜਿੰਨਾ ਚਿਰ ਤੁਹਾਨੂੰ ਐਕਸਪੀਰੀਅੰਸ ਨਹੀਂ, ਜਿੰਨਾ ਚਿਰ ਤੁਸੀਂ ਦੂਜੇ ਬੰਦੇ ਦਾ ਦਰਦ ਨਹੀਂ ਸਮਝਦੇ ਉਹਨਾਂ ਚਿਰ ਤੁਹਾਨੂੰ ਨੇਕ ਸਲਾਹ ਦੇਣੀ, ਸਹੀ ਸਲਾਹ ਦੇਣੀ ਬਹੁਤ ਔਖੀ ਹੈ। ਔਰ ਜਦੋਂ ਉਹ ਆਪਣੀ ਸਲਾਹ ਤੁਹਾਨੂੰ ਦਿੰਦੇ ਆ ਕਿਸੇ ਪਰੇਸ਼ਾਨ ਇਨਸਾਨ ਨੂੰ, ਕਿਸੇ ਸੰਸਥਾ ਦੀ ਭਲਾਈ ਵਾਸਤੇ ਤੁਸੀਂ ਉਹਨਾਂ ਨੂੰ ਪੁੱਛਣ ਜਾਂਦੇ ਜੀ ਕੀ ਕਰੀ, ਉਹ ਆਪਣਾ ਛੋਟਾ ਜਿਹਾ ਜਿਹੜਾ ਪੀਸ ਹੈ ਨਾ ਆਪਣੀ ਪਰਸਨੈਲਿਟੀ ਦਾ ਉਹ ਕੱਟ ਕੇ ਤੁਹਾਨੂੰ ਦੇ ਦਿੰਦੇ ਨਾਲ, ਉਹਦੇ ਨਾਲ ਤੁਸੀਂ ਉਹ ਜਿਹੜਾ ਫਿਰ ਐਡਵਾਈਸ ਉੱਥੋਂ ਲਿਆਉਂਦੇ ਜੇ ਉਹਨੂੰ ਤੁਸੀਂ ਬੀਜਦੇ ਜੇ ਉੱਥੇ ਅਸਰ ਕਰਦੇ ਜੇ। ਸੋ ਮੇਰਾ ਕਹਿਣ ਦਾ ਮਤਲਬ ਹੈ ਜਿਵੇਂ ਬੋਡੀ ਦੇ ਵਿੱਚ ਇੱਕ ਇਨਸਾਨ ਦੀ ਐਨਰਜੀ ਹੁੰਦੀ ਹੈ, ਉਹ ਐਨਰਜੀ ਆਪਣੀ ਫਿਰ ਉਹ ਸਹੀ ਤੁਹਾਡੇ ਨਾਲ ਐਕਸਪੈਂਡ ਕਰਦੇ ਆ। ਜਿਵੇਂ ਤੁਸੀਂ ਕਿਹਾ ਵੀ ਮੈਂ ਜਿੰਨੀ ਵਾਰੀ ਉਹਨਾਂ ਨੂੰ ਮਿਲਦਾ ਸੀ ਐ ਲੱਗਦਾ ਸੀ ਵੀ ਮੇਰੇ ਤੋਂ ਨੇੜੇ ਇਹਨਾਂ ਦੇ ਕੋਈ ਨਹੀਂ, ਕਿਉਂਕਿ ਉਹਨਾਂ ਦੀ ਇੱਕ ਸਖਸ਼ੀਅਤ ਬਣ ਜਾਂਦੀ ਹੈ, ਉਹ ਹਰ ਇਨਸਾਨ ਨੂੰ ਹੀ ਚੰਗਾ ਇਨਸਾਨ ਗਿਣਦੇ ਆ। ਸੋ ਇਹ ਜਿਹੜੀ ਚੀਜ਼ ਸਾਡੇ ਸਮਾਜ 'ਚ ਬਹੁਤ ਇਸ ਚੀਜ਼ ਦੀ ਘਾਟ ਹੈ। ਪ੍ਰੋਫੈਸਰ ਸਾਹਿਬ ਵਰਗੇ ਬੰਦੇ ਜਿਹੜੇ ਆ, ਮਤਲਬ ਆਪਾਂ ਐਵੇਂ ਨੀ ਇਹ ਮਨਾ ਰਹੇ, ਤੁਸੀਂ ਵੀ ਟੀਵੀ ਤੇ ਲਿਆ ਰਹੇ ਜੇ ਉਧਰ ਉੱਥੇ ਇੰਨੇ ਲੋਕ ਆਏ ਸੀ, ਇੰਨੇ ਉਹਨਾਂ ਦੇ ਸ਼ਰਧਾਲੂ, ਉਹਨਾਂ ਦੇ ਸਟੂਡੈਂਟ ਦੱਸ ਰਹੇ ਆ, ਉਹ ਦੱਸ ਤਾਂ ਰਹੇ ਆ ਕਿ ਉਹਨਾਂ ਦੀ ਜ਼ਿੰਦਗੀ ਨੇ, ਉਹਨਾਂ ਦੀ ਐਡਵਾਈਸ ਨੇ, ਉਹਨਾਂ ਦੇ ਸੁਧਾਰ ਨੇ ਸੈਂਕੜੇ ਹਜ਼ਾਰਾਂ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੂੰ ਪ੍ਰਭਾਵਿਤ ਕੀਤਾ ਚੰਗੇ ਪਾਸੇ ਨੂੰ। ਇਹ ਐਸੇ ਇਨਸਾਨ ਜਿਹੜੇ ਜ਼ਿੰਦਗੀ ਦੇ ਵਿੱਚ ਮੈਨੂੰ ਮੈਂ ਖਿਆਲ ਇੱਕ ਦੋ ਮਿਲੇ ਨੇ ਜਿਹੜੇ ਜਿਹਨਾਂ ਤੋਂ ਇਹ ਸਿੱਖਣ ਨੂੰ ਇੱਦਾਂ ਚੀਜ਼ਾਂ ਮਿਲੀਆਂ। ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਇਹ ਇੱਕ ਉਹਨਾਂ ਬੀਜ ਆ ਜਿਹੜਾ ਉਹ ਸਾਨੂੰ ਦੇ ਗਿਆ, ਅਸੀਂ ਉਹਨੂੰ ਬੀਜ ਕੇ ਉਹਨਾਂ ਦੀਆਂ ਕਈਆਂ ਗੱਲਾਂ 'ਤੇ ਅਮਲ ਕਰਕੇ ਆਪਣੀ ਜ਼ਿੰਦਗੀ ਔਰ ਜਿਹੜੇ ਆਉਣ ਵਾਲੇ ਸਾਨੂੰ ਮਿਲਦੇ ਆ ਜਾਂ ਸਾਡੇ ਬੱਚੇ ਪਰਿਵਾਰ ਜਾਂ ਸੱਜਣ ਦੋਸਤ ਉਹਨਾਂ ਦੀ ਜ਼ਿੰਦਗੀ ਸੁਧਾਰ ਸਕਦੇ ਹਾਂ। ਡਾਕਟਰ ਤੁਹਾਡਾ ਬਹੁਤ ਬਹੁਤ ਸਵਾਗਤ ਆ, ਤੁਸੀਂ ਆਹ ਟਾਈਮ ਕੱਢਿਆ, ਥੈਂਕ ਯੂ ਤੁਹਾਡਾ ਜੀ, ਅਤੇ ਫਿਰ ਜ਼ਰੂਰ ਕਾਲ ਕਰਿਆ ਕਰੋ। ਥੈਂਕ ਯੂ ਜੀ ਤੁਹਾਡਾ ਜੀ। ਆਪਾਂ ਵਾਪਸ ਆਵਾਂਗੇ ਜਗਰੂਪ ਸਿੰਘ ਜੀ, ਤੁਹਾਡਾ ਜਿਹੜਾ ਫੇਸ ਆ ਉਹ ਪੂਰਾ ਨਹੀਂ ਆ ਰਿਹਾ, ਥੋੜਾ ਕੈਮਰਾ ਟਿਲਟ ਹੈ ਸ਼ਾਇਦ। ਆਪਾਂ ਹੁਣ ਥੋੜੀ ਜਿਹੀ ਗੱਲ ਤੁਹਾਨੂੰ ਮੈਂ ਕੁਛ ਪੁੱਛਣਾ ਚਾਹੁੰਦਾ ਜਿਹੜੀ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ, ਕਿ
आवाज आ रही जी? हेलो, हाँ जी, हाँ जी, आ रही है जी, आवाज आ रही। मैं थोनू पूछना चाहवागा कि एक ऐसे इंसान दे जाके छतर छाया बच्चे अपना बचपन गुजारना, मैं तो बहुत ही भागी समझूंगा कि मैनू नहीं मौका मिले, चलो जिंदगी नहीं वो लेट मिले, लेकिन अपने बचपन का कोई ऐसा किस्सा जरूर शेयर करो कि जिहड़ा अपने हमेशा थोड़े नाल रहे, कि मेरे फादर साहब ने आ मैनू सिखाया सी। ਜਿਵੇਂ ਜੀ ਬੇਸਿਕਲੀ ਗੱਲ ਏਦਾਂ ਵਾ, ਪਾਪਾ ਫਾਦਰ ਵੀ ਸੀ, ਦੋਸਤ ਵੀ ਸੀ ਤੇ ਵੱਡੇ ਭਰਾ ਵੀ ਸੀ ਜੀ। ਉਹਨਾਂ ਨੇ ਕਦੇ ਵੀ ਇਹ ਨਹੀਂ ਮਹਿਸੂਸ ਹੋਣ ਦਿੱਤਾ ਸੀਗਾ ਵੀ ਮੈਂ ਸਿਰਫ ਬਾਪ ਹਾਂ, ਬਾਪ ਵਾਲਾ ਨਜ਼ਰੀਆ ਨਹੀਂ ਕਦੇ ਵੀ ਹੁੰਦਾ ਸੀਗਾ, ਹੁੰਦਾ ਸੀਗਾ ਪਰ ਇੱਦਾਂ ਨਹੀਂ ਹੁੰਦਾ ਸੀ, ਕੇਅਰ ਦੇ ਤੌਰ ਤੇ ਹੁੰਦਾ ਸੀ। ਇਸ ਤਰ੍ਹਾਂ ਹੁੰਦਾ ਸੀਗਾ ਵੀ ਇੱਕ ਸੋਚ ਹੁੰਦੀ ਸੀ ਉਹਨਾਂ ਦੀ ਵੀ ਇਹਨੂੰ ਕਿੱਦਾਂ ਗਰੋ ਕਰਨਾ ਵਾ, ਕਿੱਦਾਂ ਇਹਨੂੰ ਅੱਗੇ ਲੈ ਕੇ ਜਾਣਾ ਵਾ, ਕਿੱਦਾਂ ਤੋਰਨਾ ਵਾ। ਕਦੇ ਵੀ ਇਹ ਨਹੀਂ ਸੀ ਵੀ ਉਹਨਾਂ ਨੇ ਕੋਈ ਚੀਜ਼ ਫੋਰਸ ਕੀਤੀ ਹੋਵੇ, ਹਮੇਸ਼ਾ ਇੱਕ ਦੋਸਤ ਵਾਂਗੂ ਸਲਾਹ ਦੇਣੀ, ਦੋਸਤ ਵਾਂਗੂ ਨਾਲ ਰੱਖਣਾ, ਦੋਸਤ ਵਾਂਗੂ ਨਾਲ ਤੋਰਨਾ। ਦੇਖੋ ਬਚਪਨ ਚ ਜਦੋਂ ਅਸੀਂ ਪਿੰਡ ਜਾਂਦੇ ਹੁੰਦੇ ਸੀ ਨਾ, ਸ਼ਾਹਕੋਟ ਤੋਂ ਅੱਗੇ ਰਿਮੋਟ ਜਿਹੇ ਏਰੀਆ ਦਾ ਪਿੰਡ ਹੁੰਦਾ ਸੀ, ਮੈਨੂੰ ਬੜਾ ਸ਼ੌਂਕ ਹੁੰਦਾ ਸੀ ਮੇਰਾ ਪਿਓ ਕਿੱਥੇ ਪੜਿਆ, ਕਿਹੜੇ ਸਕੂਲ ਚ ਪੜਿਆ ਜੀ। ਤੇ ਜਦੋਂ ਉਹਨਾਂ ਨੂੰ ਪੁੱਛਣਾ ਤੇ ਕਹਿੰਦੇ ਵੀ ਮੈਂ ਨਾ ਨੰਗਲ ਅੰਬੀਆਂ ਪੜਿਆ। ਇੱਕ ਦਿਨ ਨਾ ਮੈਂ ਕਾਰ ਨਾ ਸ਼ਾਹਕੋਟ ਤੋਂ ਅੱਗੇ ਨੂੰ ਨੰਗਲ ਅੰਬੀਆਂ ਲਵਾ ਲਈ, ਟੋਟਲ 12 ਮੀਲ ਦਾ ਡਿਸਟੈਂਸ ਸੀਗਾ ਉੱਥੋਂ ਪਿੰਡ ਜੀ। ਸਾਈਕਲ ਤੇ ਜਾਂਦੇ ਹੁੰਦੇ ਸੀ ਤੇ ਬੂਝੇ ਗਲਾਂ ਮੂੰਹ ਤੇ ਵੱਜਦੇ ਹੁੰਦੇ ਸੀ, ਰਾਹ ਨਹੀਂ ਸੀ, ਕੁਛ ਨਹੀਂ ਸੀ, ਡੰਡੀਆਂ ਸੀ। ਉੱਥੋਂ ਉੱਠ ਕੇ ਇੱਥੇ ਤੱਕ ਪਹੁੰਚਣਾ, ਸਾਡੇ ਕੋਲ ਜਦੋਂ ਅਸੀਂ ਵੱਡੇ ਹੋਏ ਆ ਸਾਰੀਆਂ ਸੁੱਖ ਸਹੂਲਤਾਂ ਸੀ ਉਹਨਾਂ ਕਰਕੇ ਜੀ। ਸਕੂਲ ਵੀ ਚੰਗੇ ਸੀ, ਕਾਲਜ ਵੀ ਨਾਲ ਸੀ, ਸਕੂਲ ਤੁਰ ਕੇ 2 ਮਿੰਟ ਦੇ ਰਾਹ ਤੇ ਸੀ, ਪਰ ਉਹ 12 ਮੀਲ ਦਾ ਉਹ ਸਫ਼ਰ ਕਿੱਦਾਂ ਕਰਦੇ ਹੋਣਗੇ ਮੈਂ ਇਹ ਸੋਚਦਾ ਹੁੰਦਾ ਸੀ। ਔਰ ਉਹ 12 ਮੀਲ ਦੇ ਵਿੱਚ ਕਿਹੜੇ ਕਿਹੜੇ ਐਕਸਪੀਰੀਅੰਸਿਸ ਉਹਨਾਂ ਦੇ ਨਾਲ ਵਾਪਰੇ ਹੋਣਗੇ। ਜਿੱਦਾਂ ਸਹਿਰਾਜ ਸਾਹਿਬ ਨੇ ਦੱਸਿਆ ਉਹਨਾਂ ਦੇ ਬਹੁਤ ਦੋਸਤ ਮਿਲਦੇ ਹੁੰਦੇ ਸੀ, ਹਮੇਸ਼ਾ ਕਹਿਣਾ ਉਹ ਤੇਰਾ ਬਾਪੂ ਤਾਂ 10-10 ਹਜ਼ਾਰ ਦਾ ਕਾਠ ਦੇ ਬਿਨਾਂ ਮਾਈਕ ਤੋਂ ਸੰਬੋਧਨ ਕਰ ਲੈਂਦਾ ਹੁੰਦਾ ਸੀ ਉਹ ਸਟੂਡੈਂਟ ਯੂਨੀਅਨ 'ਚ, ਬੜਾ ਮਹਿਸੂਸ ਹੋਣਾ ਯਾਰ ਜਿਹਦਾ ਹਾਂ 10-10 ਹਜ਼ਾਰ ਦਾ ਕੱਠ ਕਰ ਲੈਣੇ ਆ, ਸੰਬੋਧਨ ਕਰ ਲੈਣੇ ਆ ਸਟੂਡੈਂਟ ਯੂਨੀਅਨ 'ਚ ਰਹੇ। ਮੈਂ ਜਿਹੜਾ ਬਚਪਨ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਮੋਢਿਆਂ ਦੇ ਚੜ ਕੇ ਖੱਤਿਆਂ ਦੇ ਵਿੱਚ ਦੀ ਲੰਘਣਾ ਅੱਜ ਤੇ ਨਹੀਂ ਭੁੱਲਿਆ, ਉਹਨਾਂ ਦੇ ਨਾਲ ਬੈਠ ਕੇ ਕਦੇ ਕਦੇ ਜਦੋਂ ਥੋੜੇ ਜਿਹੇ ਵੱਡੇ ਹੋਏ ਟਰੈਕਟਰ ਚਲਾਉਣਾ ਉਹ ਨਹੀਂ ਭੁੱਲਿਆ, ਕੀ ਕਹਿਣਾ ਉਹਨਾਂ ਦੇ ਨਾਲ ਫੁੱਟਬਾਲ ਖੇਡਣਾ। ਵਿਦਿਆਰਥੀ ਸ਼ਾਮ ਨੂੰ ਮਤਲਬ ਲਗਭਗ ਜਿੰਨੇ ਕਾਲਜ 'ਚ ਹੁੰਦੇ ਸੀ ਉਨੇ ਕੀ ਸ਼ਾਮ ਨੂੰ ਘਰੇ ਹੁੰਦੇ ਸੀਗੇ, ਘਰੇ ਘਰ ਦੇ ਮੂਹਰੇ ਸਾਡੇ ਗਰਾਊਂਡ ਹੁੰਦੇ ਸੀ, ਉਹਦੇ 'ਚ ਕਦੇ ਫੁੱਟਬਾਲ ਖੇਡ ਲੈਣਾ, ਕਦੇ ਬੈਡਮਿੰਟਨ ਖੇਡ ਲੈਣਾ, ਕਦੇ ਪਿੱਠੂ ਗਰਮ ਖੇਡ ਲੈਣਾ ਨਿਆਣਿਆਂ ਦੇ ਨਾਲ ਨਿਆਣੇ। ਹੋਰ ਕਿਹੜਾ ਕੋਈ ਗੱਲ ਨੀ, ਕਾਲਜ ਦਾ ਕਾਲਜ ਰਹਿ ਗਿਆ, ਹੁਣ ਇੱਥੇ ਤਾਂ ਆਪਾਂ ਇਹਨੂੰ ਵਿਚਾਰਾਂਗੇ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਉਹ ਜਿੱਥੇ ਬੈਠੇ ਅਸੀਂ ਪਿਓ ਪੁੱਤ ਮਦਰ ਦੀ ਡੈਥ ਤੋਂ ਬਾਅਦ, ਮਾਤਾ ਦੇ ਜਾਣ ਤੋਂ ਬਾਅਦ ਅਸੀਂ ਦੋਵੇਂ ਜਿਹੜੇ ਇਕੱਲੇ ਵੀ ਰਹੇ, ਮੇਰੀ ਚੜ੍ਹਦੀ ਜਵਾਨੀ ਸੀ, ਪਰ ਮੈਨੂੰ ਫੇਰ ਵੀ ਉਹ ਦੋਸਤਾਂ ਵਾਂਗੂ ਹਮੇਸ਼ਾ ਸਵੇਰੇ ਸ਼ਾਮ ਨੂੰ ਸੈਰ, ਰਾਤ ਦੀ ਰੋਟੀ ਇਕੱਠੀ, ਹਰ ਵੇਲੇ ਪੁੱਛ ਲੈਣਾ ਕਿੱਦਾਂ ਕਾਕਾ ਦਿਨ ਕਿੱਦਾਂ ਰਿਹਾ, ਠੀਕ ਰਿਹਾ ਜੀ। ਉਹ ਚੀਜ਼ਾਂ ਜਿਹੜੀਆਂ ਵਾ ਉਹ ਮੈਂ ਕਦੇ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ, ਉਹ ਸਰਮਾਇਆ ਵਾ ਮੇਰਾ। ਔਰ ਦੂਜੀ ਗੱਲ ਇਹ ਆ ਭਾਜੀ, ਉਹਨਾਂ ਨੇ ਹਮੇਸ਼ਾ ਇੱਕ ਗੱਲ ਕਹੀ ਸੀ, ਕਾਕਾ ਵਰਤਮਾਨ 'ਚ ਜੀਣਾ, ਪਾਸਟ ਬਾਰੇ ਨਹੀਂ ਸੋਚਣਾ, ਫਿਊਚਰ ਬਾਰੇ ਨਹੀਂ ਸੋਚਣਾ, ਜਿਹੜੇ ਪਲ ਜਿੱਥੇ ਹੈਗਾ ਉਹਨੂੰ ਇੰਜੋਏ ਕਰਿਆ ਕਰ ਜੀ। ਜੀ ਤੁਸੀਂ ਤਾਂ ਚਲੋ ਖੈਰ ਤੁਹਾਨੂੰ ਤਿੰਨ ਘੰਟੇ ਡਰਾਈਵ ਕਰਕੇ ਸ਼ਿਕਾਗੋ ਨੂੰ ਗਏ, 3 ਘੰਟੇ ਵਾਪਸ ਆਏ, 6 ਘੰਟੇ ਉਹਨਾਂ ਨੇ 1 ਮਿੰਟ ਵੀ ਜਾਣੀ ਕਿ ਚੁੱਪ ਨਹੀਂ ਕੀਤੇ, ਮੈਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਕਹਿੰਦੇ ਦੇਖਾ ਜਿਹੜਾ ਅੱਜ ਸਮਾਂ ਆ ਉਹ ਪਤਾ ਨਹੀਂ ਕਦੋਂ ਮਿਲਣਾ, ਅਤੇ ਉਹ ਉੱਥੋਂ ਤਮੰਨਾ ਜਾਗੀ ਸੀ ਮੈਨੂੰ, ਕਹਿੰਦੇ ਤੂੰ ਪੱਗ ਬੰਨਿਆ ਕਰ। ਮੇਰੀ ਵੱਧ ਕਿਸਮ ਦੀ ਕਿ ਮੈਂ ਜੀ ਉਹਨਾਂ ਦੇ ਜੀਂਦੇ ਜੀ ਪੱਗ ਵੀ ਨਹੀਂ ਬੰਨ ਸਕਿਆ, ਜਦੋਂ ਉਹ ਨਹੀਂ ਰਹੇ ਤਾਂ ਮੈਂ ਉਹਨਾਂ ਦੀਆਂ ਗੱਲਾਂ ਨੂੰ ਪ੍ਰੇਰਿਤ ਲੈ ਕੇ ਅੰਕਲ ਜੀ ਕਹਿੰਦੇ ਪੱਗ ਬੰਨਿਆ ਕਰੋ, ਮੈਂ ਪੱਗ ਬੰਨਣੀ ਸ਼ੁਰੂ ਕਰ ਲਈ। ਉਹਨਾਂ ਹੁੰਦਾ ਸੀ ਬਹੁਤ ਮੈਨੂੰ ਕੰਪੈਲ ਕੀਤਾ ਉਹਨਾਂ ਨੇ ਕਿ ਤੂੰ ਜਸ ਟੀਵੀ ਦਾ ਕਿਉਂ ਨਹੀਂ ਸ਼ੁਰੂ ਕਰਦਾ, ਮੈਂ ਕਹਿੰਦਾ ਅੰਕਲ ਜੀ ਸ਼ੁਰੂ ਤਾਂ ਕਰ ਲਾਂਗੇ ਪਰ ਆਪਾਂ ਨੂੰ ਨੌਲੇਜ ਨਹੀਂ, ਕਹਿੰਦੇ ਨੌਲੇਜ ਵੀ ਆਪ ਹੀ ਆ ਜਾਂਦੀ ਹੁੰਦੀ ਆ, ਤੂੰ ਪੜ੍ਹ ਕਿਤਾਬਾਂ ਪੜਿਆ ਕਰ, ਆਹ ਕਰਿਆ ਕਰ। ਐਸੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਨਾਲ ਨਹੀਂ ਗਈਆਂ, ਇਹ ਇੱਥੇ ਰਹਿ ਗਈਆਂ, ਕਿਉਂਕਿ ਜਿਹੜੇ ਇਨਸਾਨ ਨੂੰ ਉਹ ਮਿਲੇ ਜਿੱਥੇ ਉਹ ਬੈਠੇ ਉਹ ਐਵਰਗ੍ਰੀਨ ਇਨਸਾਨ ਸੀ, ਉਹ ਕਿਸੇ ਕੋਲ ਬੈਠੇ ਉੱਥੇ ਆਪਣੀ ਛਾਪ ਛੱਡ ਗਏ, ਜੇ ਆਪਾਂ ਮੇਲੇ 'ਤੇ ਗਏ ਉੱਥੇ ਜਾ ਕੇ ਉਹਨਾਂ ਛਾਪ ਛੱਡ ਗਏ, ਜੇ ਗੁਰੂ ਘਰ ਗਏ ਉੱਥੇ ਛਾਪ ਛੱਡ ਗਏ। ਅਤੇ ਤੁਸੀਂ ਤਾਂ ਤੁਸੀਂ ਕਹਿੰਦੇ ਮੋਢਿਆਂ 'ਤੇ ਖੇਡਿਆ,
ਐਸੀਆਂ ਯਾਦਾਂ ਜਿਹੜੀਆਂ ਪੋਜ਼ਿਟਿਵ ਯਾਦਾਂ ਉਹ ਦੇ ਕੇ ਗਏ, ਉਹਦੇ ਨਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਬਾਪ ਦੇ ਨਾਤੇ ਨਾਲ ਹੀ ਮੈਨੂੰ ਇੱਕ ਗੱਲ ਉਹਨਾਂ ਦੀ ਯਾਦ ਆਉਂਦੀ ਹੁੰਦੀ ਆ ਵੀ ਕਹਿੰਦੇ ਹੁੰਦੇ ਵੀ ਜਿਹੜਾ ਬਾਪ ਹੁੰਦਾ ਨਾ ਉਹ ਬੱਚਿਆਂ ਲਈ ਹਮੇਸ਼ਾ ਚੰਗਾ ਸੋਚਦਾ, ਵਧੀਆ ਸੋਚਦਾ। ਔਰ ਉਹਨਾਂ ਦਾ ਜਿਹੜਾ ਇਹ ਸੀਗਾ ਵੀ ਉਹਨਾਂ ਨੇ ਆਪਣੇ ਤੋਂ ਬਾਹਰੀ ਹੋ ਕੇ ਵੀ ਉਹ ਚੀਜ਼ਾਂ ਕਰਨੀਆਂ ਜਿਹੜੀਆਂ ਕਈ ਵਾਰੀ ਨਹੀਂ ਬੰਦਾ ਸੋਚ ਸਕਦਾ ਹੁੰਦਾ, ਨਹੀਂ ਅੱਜ ਸਮਝ ਆਉਂਦੀਆਂ ਵੀ ਉਹ ਚੀਜ਼ਾਂ ਕੀ ਸੀ ਜਦੋਂ ਆਪ ਬਾਪ ਬਣੇ ਆ। ਜੀ ਜੀ, ਇਹੀ ਇਹੀ ਇੱਕ ਚੀਜ਼ ਆ ਨਾ ਜੀ, ਜਦੋਂ ਕੋਈ ਇਨਸਾਨ ਆ ਜਾਂ ਕੋਈ ਚੀਜ਼ ਤੁਹਾਡੇ ਕੋਲ ਆ ਉਹਦੀ ਕਦਰ ਨਹੀਂ ਹੈ ਜਾਂ ਆਪਾਂ ਉਹਨੂੰ ਸਮਝਦੇ ਨਹੀਂ, ਜਦੋਂ ਉਹ ਇਨਸਾਨ ਤੁਹਾਡੇ ਚ ਚੱਲਿਆ ਜਾਂਦਾ ਫਿਰ ਤੁਹਾਨੂੰ ਹੁੰਦਾ ਵੀ ਕੀ ਹੋਇਆ। ਜਿਵੇਂ ਪਰ ਜਿਹੜੇ ਬਾਪ ਹੁੰਦੇ ਆ ਨਾਤੇ ਵੀ ਚੀਜ਼ਾਂ ਉਹ ਕਰਦੇ, ਅੱਜ ਅਸੀਂ ਵੀ ਉਹੀ ਚੀਜ਼ਾਂ ਬਾਪ ਹੁੰਦੇ ਆ ਨਾਤੇ ਬੱਚਿਆਂ ਨੂੰ ਗਰੋ ਕਰਾ ਰਹੇ ਹਾਂ, ਆਪਣਿਆਂ ਨੂੰ ਲੈ ਕੇ ਜਾ ਰਹੇ, ਪਰ ਸਮਝ ਆਉਂਦੀ ਵੀ ਕਿੰਨੀ ਕਈ ਵਾਰੀ ਉਹ ਸਟਰਗਲ ਹੁੰਦੀ ਆ। ਸਟਰਗਲ ਹੁੰਦੀ ਜੀ 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 ਗੁਰੂ ਜੀ, ਇੱਦਾਂ ਹੀ ਤੁਸੀਂ ਜੁੜੇ ਰਹੋ। ਤੁਹਾਨੂੰ ਪਤਾ ਜਿਹੜਾ ਟਾਈਮ ਆ ਸਪੈਸ਼ਲੀ ਜਦੋਂ ਤੁਸੀਂ ਆਪਾਂ ਗੱਲ ਕਰਦੇ ਹਾਂ ਢੇਸੀ ਸਾਹਿਬ ਬਾਰੇ ਅਤੇ ਮੈਂ ਗੱਲਾਂ ਕਰਨ ਲੱਗਾ, ਤੁਸੀਂ ਮੈਨੂੰ 5 ਸਾਲ ਲਗਾਤਾਰ ਬੁਲਾਈ ਜਾਓ ਅਤੇ ਉਹਨਾਂ ਦੀਆਂ ਕਈਆਂ ਗੱਲਾਂ ਜਾਂ ਸਿਖਾਈਆਂ ਗੱਲਾਂ ਕਦੀ ਪੂਰੀਆਂ ਨਹੀਂ ਹੋਣਗੀਆਂ, ਪਰ ਜਿਹੜੀ ਸੂਈ ਆ ਉਹ ਜਲਦੀ ਨਾਲ ਭੱਜੀ ਜਾਂਦੀ। ਟਾਈਮ ਕਦੋਂ ਹੋ ਗਿਆ ਪਤਾ ਨਹੀਂ ਲੱਗਾ। ਜੋ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਸਾਡਾ ਪੋਸਟ ਗ੍ਰੈਜੂਏਸ਼ਨ ਡਿਪਾਰਟਮੈਂਟ ਹੈਗਾ, ਉਹਦੇ ਮੂਹਰੇ ਇੱਕ ਲਾਨ ਹੁੰਦਾ ਸੀ ਛੋਟਾ ਜਿਹਾ ਘਾਹ, ਉੱਥੇ ਹੋਣਾ ਖਰਾ ਤੇ ਵਿਹਲੇ ਪੀਰੀਅਡ ਵਿੱਚ ਅਸੀਂ ਉੱਥੇ ਬਹਿ ਜਾਣਾ ਜੀ, ਤੇ ਢੇਸੀ ਸਾਹਿਬ ਨੇ ਸਾਡੇ ਵਿਦਿਆਰਥੀਆਂ ਦੇ ਵਿੱਚ ਆ ਕੇ ਘਾਹ ਦੇ ਉੱਪਰ ਬਹਿ ਜਾਣਾ ਜੀ ਜੀ, ਤੇ ਬਲ ਦੱਸਣਾ ਵੀ ਦੱਸੋ ਕੀ ਅੱਜ ਮੇਰੀ ਪੜ੍ਹਾਈ ਦਾ ਕਿੱਦਾਂ ਰਿਹਾ, ਤੁਸੀਂ ਕਿੱਦਾਂ ਕੁਛ ਸਮਝਿਆ ਕਿ ਨਹੀਂ ਕਿੱਦਾਂ ਰਿਹਾ। ਕਿਸੇ ਨੂੰ ਵੀ ਉਹਨਾਂ ਨੇ ਅੱਜ ਤੱਕ ਮੇਰੇ ਸਾਹਮਣੇ ਜਿੰਨੀ ਵੀਰ ਵੀ ਮੈਂ ਦੇਖਿਆ ਉੱਚਾ ਨਹੀਂ ਬੋਲਿਆ। ਆਪਣੇ ਬੱਚਿਆਂ ਬਾਰੇ ਵੀ ਹਮੇਸ਼ਾ ਸਾਡੇ ਨਾਲ ਗੱਲ ਸਾਂਝੀ ਕਰਦੇ ਰਹੇ, ਜਗਰੂਪ ਬਾਰੇ, ਜੋਤੀ ਬਾਰੇ ਹਮੇਸ਼ਾ ਦੱਸਣਾ, ਵੀ ਉਹਨਾਂ ਦੇ ਬੱਚਿਆਂ ਬਾਰੇ, ਬੇਟੇ ਬਾਰੇ ਕਿੰਨੀ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਧਰ ਇੱਥੇ ਸਾਡੇ ਨਾ ਪੈਨਸਲਵੇਨੀਆ 'ਚ ਆਮਿਸ਼ ਕੰਟਰੀਆਂ ਦੀ ਇੱਕ ਕਾਉਂਟੀ ਹੈਗੀ ਆ ਜਿੱਥੇ ਹੁਣ ਤੱਕ ਵੀ ਘੋੜਿਆਂ ਨਾਲ ਖੇਤੀ ਕਰਦੇ ਨੇ, ਉਹਨਾਂ ਦੀ ਬੜੀ ਇੱਛਾ ਸੀ ਕਿ ਮੈਂ ਬੱਚਿਆਂ ਨੂੰ ਨਾ ਲੈ ਕੇ ਤੁਹਾਡੇ ਕੋਲ 2-4 ਦਿਨ ਰਹਿ ਕੇ ਜਾਣਾ ਹੈਗਾ। ਮਤਲਬ ਉਹ ਇੰਨੇ ਘੁਲ ਮਿਲ ਜਾਂਦੇ ਸੀ, ਤੇ ਇਹਦੀ ਮਿਸਾਲ ਮੈਂ ਤੁਹਾਨੂੰ ਦਿੰਦਾ ਕਿ ਜਦੋਂ ਇਹਨਾਂ ਦੇ ਚਲੇ ਜਾਣ ਦੀ ਖਬਰ ਮਿਲੀ ਤੇ ਇੰਗਲੈਂਡ ਤੋਂ, ਆਪਣੇ ਇੰਗਲੈਂਡ ਤੋਂ, ਇੰਡੀਆ ਤੋਂ, ਕੈਨੇਡਾ ਤੋਂ, ਇੱਥੋਂ ਬਹੁਤ ਸਾਰੇ ਲੇਖਕ ਦੋਸਤਾਂ ਦੇ ਮੈਨੂੰ ਫੋਨ ਆਏ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਯਾਰ ਅਸੀਂ ਤੂੰ ਬੜਾ ਆਪਣੇ ਭਾਗਸ਼ੀਲ ਆ ਜਿਹੜਾ ਉਹਨਾਂ ਨੂੰ ਅੰਤਲੇ ਸਮੇਂ ਵੀ ਦੇਖ ਆਇਆ, ਤੇ ਮਤਲਬ ਉਹ ਦੇਖ ਨਹੀਂ ਸਕੇ। ਜਿਵੇਂ ਮੋਤਾ ਸਿੰਘ ਸਰਾਏ ਨੇ ਪੰਜਾਬੀ ਸੱਥ ਲਾਂਬੜਾ ਵਾਲੇ ਇੰਗਲੈਂਡ ਤੋਂ, ਆਪਣੇ ਡਾਕਟਰ ਗੁਰਬਖਸ਼ ਸਿੰਘ ਭੰਡਾਲ ਨੇ ਓਹਾਇਓ ਤੋਂ, ਸੁਰਿੰਦਰ ਸੋਹਲ ਜੀ ਨੇ ਨਿਊਯਾਰਕ ਤੋਂ, ਸੁਖਵਿੰਦਰ ਕੰਬੋਜ ਨੇ, ਪਰਮਜੀਤ ਸਿੰਘ ਰਾਏਪੁਰ ਨੇ ਆਪਣੇ ਇੰਡੀਆ ਤੋਂ, ਉਹਨਾਂ ਸਾਰਿਆਂ ਦੇ ਹੀ ਜਿਹੜੇ ਮਨ ਵਿੱਚ ਇੰਨਾ ਦਰਦ ਸੀ ਉਹਨਾਂ ਬਾਰੇ, ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਜਿਹੜੀ ਆਪਣੇ ਹਰਮਨ ਪਿਆਰਤਾ ਜਿਹੜੀ ਹੈ ਇੱਥੋਂ ਦੇਖੀ ਜਾ ਸਕਦੀ ਆ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿਹੜੇ ਹੈਗੇ ਆ ਲੋਕੀ ਉਹਨਾਂ ਨੂੰ ਆਪਣਾ ਘਰ ਦਾ ਜੀ ਵਾਂਗ ਸਮਝਦੇ ਸੀ, ਜਿੱਦਾਂ ਉਹਨਾਂ ਦੇ ਘਰ ਦਾ ਮੈਂਬਰ ਹੋਵੇ, ਸਗੋਂ ਮੈਂਬਰ ਤੋਂ ਵੀ ਵੱਧ ਹੋਵੇ, ਜਿਹੜਾ ਉਹਨਾਂ ਨੇ ਕਦੀ ਕਿਸੇ ਨੂੰ ਮਤਲਬ ਕੌੜਾ ਨਹੀਂ ਬੋਲਿਆ, ਹਮੇਸ਼ਾ ਮਿੱਠੀ ਸਲਾਹ ਦਿੱਤੀ, ਵਧੀਆ ਸਲਾਹ ਦਿੱਤੀ। ਖਾਸ ਕਰਕੇ ਜਿਹੜੇ ਨਵੇਂ ਲਿਖਣ ਵਾਲੇ ਸੀ ਮੁੰਡੇ ਕੁੜੀਆਂ ਜਿਹੜੇ ਸੀਗੇ, ਉਹਨਾਂ ਨੂੰ ਉਹ ਬਹੁਤ ਉਤਸ਼ਾਹਿਤ ਕਰਦੇ ਹੁੰਦੇ ਸੀ, ਔਰ ਉਹਨਾਂ ਦੀ ਇੱਕੋ ਗੱਲ ਹੁੰਦੀ ਸੀ ਜੇ ਤੁਸੀਂ ਲਿਖਣਾ ਤੇ ਭਾਈ ਲੋਕਾਂ ਦੀ ਖਾਤਰ ਲਿਖੋ, ਸਿਰਫ ਲਿਖਣ ਦੀ ਖਾਤਰ ਨਾ ਲਿਖੋ, ਭਾਵ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹੈਗੀਆਂ, ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ। ਆਹੋ ਕਿਸਾਨ ਮੋਰਚੇ ਬਾਰੇ ਵੀ ਉਹ ਗੱਲਾਂ ਕਰਦੇ ਰਹਿੰਦੇ ਸੀਗੇ, ਕਿਤੇ ਮੈਂ ਉੱਥੇ ਹੁੰਦਾ ਤੇ ਮੈਂ ਵੀ ਜਾ ਸਕਦਾ। ਅਖੀਰਲੀ ਵਾਰ ਮੈਨੂੰ ਜਦੋਂ December 21 ਨੂੰ ਉਹਨਾਂ ਦਾ ਮੈਸੇਜ ਮੈਨੂੰ ਆਇਆ ਸੀ, ਤੇ ਦਸੰਬਰ ਦੇ ਪਹਿਲੇ ਹਫ਼ਤੇ ਜਦੋਂ ਆਪਣੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਵੀਆਂ ਦੇ ਨਾਮ ਦਿੱਤੇ ਤੇ 1918 ਦਾ ਨਾਮ ਮੇਰੇ ਹਿੱਸੇ ਆਇਆ, ਤੇ ਮੈਂ ਪ੍ਰੋਫੈਸਰ ਸਾਹਿਬ ਨੂੰ ਲਿਖ ਕੇ ਮੈਸੇਜ ਕੀਤਾ, ਮੈਂ ਕਿਹਾ ਪ੍ਰੋਫੈਸਰ ਸਾਹਿਬ ਤੁਹਾਡੀਆਂ ਦਿਸ਼ਾਵਾਂ ਤੇ ਆਸ਼ਾਵਾਂ ਦੇ ਨਾਲ ਇਹ ਮੈਨੂੰ ਇਨਾਮ ਮਿਲਿਆ ਹੈਗਾ, ਤੇ ਉਹਨਾਂ ਦਾ ਮੈਸੇਜ ਮੇਰੇ ਕੋਲ ਅੱਜ ਵੀ ਪਿਆ ਆ। ਉਹ ਕਹਿੰਦੇ ਉਹਨੇ ਲਿਖਿਆ ਸੀਗਾ, ਅਰਵਿੰਦਰ ਤੈਨੂੰ ਪਤਾ ਕਿ ਤੂੰ ਮੇਰੇ ਦਿਲ ਦੇ ਕਿੰਨੇ ਨੇੜੇ ਹੈਗਾ, ਮਤਲਬ ਏਦਾਂ ਸੀ ਉਹ ਹਮੇਸ਼ਾ ਤੁਹਾਨੂੰ ਹੱਲਾ ਸ਼ੇਰੀ ਦਿੰਦੇ ਸੀਗੇ, ਤੇ ਅੱਜ ਤਾਂਹੀਓ ਹਜ਼ਾਰਾਂ ਹੀ ਜਿਹੜੀਆਂ ਅੱਖਾਂ ਹੈਗੀਆਂ ਅੱਜ ਨਾਮ ਨੇ ਉਹਨਾਂ ਨੂੰ ਯਾਦ ਕਰ ਜੀ। ਜੀ ਰਵਿੰਦਰ ਸਿੰਘ ਜੀ, ਤੁਹਾਡਾ ਫਿਰ ਇੱਕ ਵਾਰੀ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਇਹ ਗੱਲਾਂ ਦੱਸੀਆਂ। ਮੈਂ ਇਸੇ ਤਰ੍ਹਾਂ ਵਾਪਸ ਜਗਰੂਪ ਜੀ ਤੇ ਆਉਣਾ। ਜਗਰੂਪ ਜੀ, ਕੁਐਸਚਨ ਤੁਹਾਨੂੰ ਵੀ ਇਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਉਹਨਾਂ ਨਾਲ ਜ਼ਿਆਦਾ ਸਮਾਂ ਬਿਤਾਇਆ ਸਾਰਿਆਂ ਤੋਂ, ਕਿਉਂ ਬਚਪਨ ਤੋਂ ਲੈ ਕੇ ਹੁਣ ਤੱਕ, ਤੁਸੀਂ ਕਿੰਨੇ ਕੁ ਇਨਸਾਨ ਸੀ ਜਿਨ੍ਹਾਂ ਨੂੰ ਉਹ ਉਹਨਾਂ ਨੇ ਅੱਜ ਤੱਕ ਕਿਹਾ ਕਿ ਉਹਨਾਂ ਨਾਲ ਗੁੱਸੇ ਹੋਏ ਹੋਣ ਜਾਂ ਉਹਨਾਂ ਨੂੰ ਕਿਹਾ ਹੋਵੇ ਕਿ ਅੱਜ ਤੋਂ ਬਾਅਦ ਮੈਨੂੰ ਨਾ ਬੁਲਾਈ ਜਾਂ ਮੈਨੂੰ ਫੋਨ ਨਾ ਕਰੀ ਕਿ ਤੂੰ ਨਹੀਂ ਸੁਧਰਨਾ? ਕੋਈ ਹੈ ਐਸਾ ਇਨਸਾਨ ਜਿਹੜਾ ਤੁਹਾਨੂੰ ਜਾਣਦਾ ਹੋਵੇ?
ਹਰੇਕ ਪੱਖ ਤੋਂ ਮਾਂ ਬਾਪ ਦਾ ਰੋਲ ਵੀ ਨਿਭਾਉਂਦੇ ਰਹੇ ਤੋਂ ਬਾਅਦ ਹਮੇਸ਼ਾ ਇਸ ਗੱਲ ਦੇ ਵਿੱਚ ਮੈਨੂੰ ਮਾਣ ਆ ਵੀ ਮੇਰਾ ਬਾਪ ਇੰਨਾ ਸੁਹਿਰਦ ਇੰਨੇ ਵਧੀਆ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਨ ਵਾਲੇ ਔਰ ਮੈਂ ਕਦੇ ਵੀ ਇਸ ਗੱਲ ਨੂੰ ਨਹੀਂ ਭੁੱਲ ਸਕਦਾ ਵੀ ਮੇਰੇ ਆ ਰੀਅਲੀ ਮੈਂ ਉਹਨਾਂ 'ਤੇ ਪ੍ਰਾਊਡ ਫੀਲ ਕਰਾਂ ਜੀ ਜੀ ਉਹਨਾਂ ਦੇ ਬੇਟੇ ਹੋ ਅਤੇ ਉਹਨਾਂ ਕੋਲ ਹਮੇਸ਼ਾ ਪੋਜ਼ਿਟਿਵ ਰਹਿਣਾ ਸਿੱਖਿਆ ਜੀ ਜੀ ਉਹ ਇਨਸਾਨ ਹੀ ਆ ਕੈਸੇ ਸੀ ਜੋ ਵੀ ਸਮੱਸਿਆਵਾਂ ਆਈਆਂ ਜ਼ਿੰਦਗੀ ਦੇ ਵਿੱਚ ਆਲਵੇਜ਼ ਪੋਜ਼ਿਟਿਵ ਕਦੇ ਵੀ ਮੈਂ ਉਹਨਾਂ ਜਿਮੀ ਜੀ ਉਹਨਾਂ ਦੀਆਂ ਨਾ ਕੁਛ ਆਖਰੀ ਗੱਲਾਂ ਜਿਹੜੀਆਂ ਹੈਗੀਆਂ ਮੇਰੇ ਕੋਲ ਸੀਗੀਆਂ ਵੀ ਜ਼ਿੰਦਗੀ ਕੋਈ ਜਰਨੈਲੀ ਸੜਕ ਨਹੀਂ ਉੱਚੀ ਨੀਵੀਂ ਆ ਨਵਾਣਾ ਨਾਲ ਭਰੀ ਹੋਈ ਆ ਇਹਨੂੰ ਏਦਾਂ ਨਾ ਸੋਚਿਓ ਵੀ ਇਹ ਸਿੱਧੀ ਆਊਗੀ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਜ਼ਿੰਦਗੀ ਬੇਟਾ ਛਾਤੀ ਦੇ ਵਿੱਚ ਦੀ ਵੱਜ ਕੇ ਨਿਕਲਣੀ ਆ ਇਹਨੇ ਆਲੇ ਦੁਆਲੇ ਦੀ ਨਹੀਂ ਜਾਣਾ ਇਹਨੂੰ ਫੇਸ ਕਰਨਾ ਪੈਣਾ ਤੁਹਾਨੂੰ ਜੋ ਵੀ ਇਹਦੇ ਵਿੱਚ ਆਉਣਾ ਵਾ ਹੱਸ ਕੇ ਲਓ ਜੋ ਵੀ ਜ਼ਿੰਦਗੀ ਦੇਵੇ ਉਹਨੂੰ ਮੁਸਕਰਾ ਕੇ ਲੈ ਲਓ ਜੀ ਉਹਨਾਂ ਦੀ ਜਿਹੜੀ ਸੋਚ ਸੀ ਉਹ ਆਮ ਤੌਰ 'ਤੇ ਦੂਜੇ ਇਹਨਾਂ ਚੀਜ਼ਾਂ ਦੇ ਵਿੱਚ ਜੇ ਕਿਤੇ ਸਾਡੇ ਵੱਲੋਂ ਐਵੇਂ ਕਹੀਏ ਕੋਈ ਸ਼ਰਾਰਤ ਸ਼ਰੂਰਤ ਵੀ ਹੋ ਜਾਣੀ ਤੇ ਬੈਠ ਕੇ ਸਮਝਾ ਲੈਣਾ ਬੱਚੇ ਸ਼ਰਾਰਤਾਂ ਵੀ ਕਰਦੇ ਹੁੰਦੇ ਆ ਇਹ ਬੈਠ ਕੇ ਸਮਝਾ ਲੈਣਾ ਕਾਕਾ ਏਦਾਂ ਨਹੀਂ ਕਰੀਦਾ ਚਲੋ ਜੋ ਹੋ ਗਿਆ ਸੋ ਹੋ ਗਿਆ ਜੀ ਇਹ ਉਹਨਾਂ ਦਾ ਫੇਮਸ ਡਾਇਲੌਗ ਹੁੰਦਾ ਸੀ ਜੀ ਜੋ ਹੋ ਗਿਆ ਸੋ ਹੋ ਗਿਆ ਚੱਲ ਕੋਈ ਨਹੀਂ ਜਿੰਮੀ ਸੇਠ ਗੁੱਸਾ ਨਹੀਂ ਕਰਦਾ ਹਾਂਜੀ ਉਹ ਇਹਨਾਂ ਦਾ ਸਭ ਤੋਂ ਫੇਮਸ ਵਰਡ ਸੀ ਕਹਿੰਦਾ ਕੋਈ ਨਹੀਂ ਜਿੰਮੀ ਜੋ ਹੋ ਗਿਆ ਸੋ ਹੋ ਗਿਆ ਉਹ ਇਹੀ ਕਹਿੰਦੇ ਹੁੰਦੇ ਸੀ ਜ਼ਿੰਦਗੀ ਦਾ ਸਮਾਂ ਲੰਘ ਜਾਣਾ ਵਾ ਜ਼ਿੰਦਗੀ ਨੇ ਤੁਰ ਜਾਣਾ ਵਾ ਇਹਨੂੰ ਜਿੰਨਾ ਇੰਜੋਏ ਕਰ ਲਓਗੇ ਕਰ ਲਓ ਜਿੰਨਾ ਇਹਨੂੰ ਦੇਖ ਲਓਗੇ ਦੇਖ ਲਓ ਜਿੰਨਾ ਇਹਨੂੰ ਸੋਚ ਲਓਗੇ ਸੋਚ ਲਓ ਇਹਨੂੰ ਜਿੰਨਾ ਇੰਜੋਏ ਕਰ ਸਕਦੇ ਕਰ ਲਓ ਔਰ ਉਹ ਆਲਵੇਜ਼ ਜ਼ਿੰਦਗੀ ਦੇ ਹਰੇਕ ਪਲ ਨੂੰ ਮੈਂ ਉਹਨਾਂ ਨੂੰ ਭਰਪੂਰ ਜੀਂਦੇ ਦੇਖਿਆ ਵਾ ਇੱਦਾਂ ਨਹੀਂ ਸੀਗਾ ਕਦੇ ਵੀ ਉਹਨਾਂ ਨੂੰ ਨਮੋਸ਼ੀ 'ਚ ਨਹੀਂ ਦੇਖਿਆ ਓਨਲੀ ਬਹੁਤ ਵੱਡੀਆਂ ਸਮੱਸਿਆ ਆਈਆਂ ਥੋੜ੍ਹੀ ਬੋੜੀ ਹੁੰਦੀ ਸੀ ਪਰ ਬਹੁਤ ਜਲਦੀ ਆਪਣੇ ਆਪ ਨੂੰ ਵੀ ਗਾਂਹ ਤੋਰਨਾ ਪਰਿਵਾਰ ਨੂੰ ਵੀ ਗਾਂਹ ਤੋਰ ਲੈਣਾ ਰਿਸ਼ਤੇਦਾਰਾਂ ਨੂੰ ਵੀ ਗਾਂਹ ਤੋਰ ਲੈਣਾ ਆ ਕੇ ਖੜ ਜਾਣਾ ਔਰ ਫੀਲਿੰਗ ਹੁੰਦੀ ਸੀ ਵੀ ਜੇ ਉਹਨਾਂ ਦੇ ਦੋਸਤਾਂ ਦੇ ਵਿੱਚ ਵੀ ਆਲਵੇਜ਼ ਮੈਨੂੰ ਬਹੁਤ ਫੋਨ ਆਉਂਦੇ ਆ ਉਹਨਾਂ ਦੇ ਫਰੈਂਡਸ ਮਤਲਬ ਪੰਜਾਬੀ ਲਈ ਲੜਦਿਆਂ ਦੇਖਿਆ ਮੈਂ ਉਹਨਾਂ ਨੂੰ ਪੰਜਾਬੀ ਲਾਜ਼ਮੀ ਕਰਾਉਣ ਲਈ ਲੜੇ ਠੀਕ ਹੈ ਤੇ ਮਤਲਬ ਸਰਕਾਰ ਦੇ ਨਾਲ ਮਤਲਬ ਜਿੱਥੇ ਜਿੱਥੇ ਵੀ ਹੁੰਦਾ ਸੀ ਫਿਰ ਪੰਜਾਬੀ ਸੱਥ ਬਣਾਈ ਪੰਜਾਬੀ ਸੱਥ ਦਾ ਨਾਰਾ ਸੀਗਾ ਜੇ ਮਾਂ ਬੋਲੀ ਨੂੰ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁਲ ਜਾਵੋਗੇ ਆਪਣੀ ਛਾਪ ਛੱਡੀ ਮੈਂ ਵਾਪਸ ਰਵਿੰਦਰ ਸਿੰਘ ਜੀ ਤੇ ਆਉਣਾ ਰਵਿੰਦਰ ਸਿੰਘ ਜੀ ਜਾਂਦੇ ਜਾਂਦੇ ਸ਼ਾਰਟ ਵਿੱਚ ਟਾਈਮ ਥੋੜਾ ਘੱਟ ਆ ਉਹ ਗੱਲ ਸ਼ਾਰਟ ਵਿੱਚ ਜ਼ਰੂਰ ਦੱਸਿਓ ਕਿ ਜੋ ਤੁਸੀਂ ਇਹ ਸੰਸਾਰ ਨੂੰ ਢੇਸੀ ਸਾਹਿਬ ਦਾ ਕਿਹਾ ਸੁਨੇਹਾ ਦੇਣਾ ਚਾਹੁੰਦੇ ਆ ਸੁਨੇਹੇ ਦੇਖੋ ਜੀ ਉਹਨਾਂ ਦੇ ਬਹੁਤ ਸਾਰੇ ਦਿਲਾਂ ਤੱਕ ਪਹਿਲਾਂ ਹੀ ਪਹੁੰਚ ਚੁੱਕੇ ਨੇ ਪਰ ਮੈਂ ਇੱਕ ਉਹਨਾਂ ਦੀ ਨਿਮਰਤਾ ਦੀ ਤੁਹਾਨੂੰ ਮਿਸਾਲ ਦੱਸਣਾ ਵੀ ਉਹ ਨਿਮਰ ਕਿੰਨੇ ਸੀਗੇ ਇੰਨੇ ਸਿਆਣੇ ਹੋਣ ਦੇ ਬਾਵਜੂਦ ਵੀ ਕਿ ਲੋਕੀ ਤਾਂ ਉਹਨਾਂ ਕੋਲੋਂ ਸਲਾਹ ਲੈਂਦੇ ਸੀ ਉਹਨਾਂ ਨੇ ਕਦੀ ਵੀ ਇਸ ਗੱਲ ਦੀ ਝਿਜਕ ਨਹੀਂ ਸੀ ਮਹਿਸੂਸ ਕੀਤੀ ਕਿ ਆਪਣੇ ਤੋਂ ਛੋਟਿਆਂ ਤੋਂ ਵੀ ਉਹ ਸਲਾਹ ਲੈ ਲੈਂਦੇ ਸੀ ਇੱਕ ਮਿਸਾਲ ਤੁਹਾਨੂੰ ਮੈਂ ਦੱਸਦਾ ਜਸ ਪੰਜਾਬ ਜੀ ਨੇ ਜਦੋਂ ਕੈਲੀਫੋਰਨੀਆ ਵਿੱਚ ਆਪਣਾ ਆਫਿਸ ਦਾ ਉਦਘਾਟਨ ਕਰਨਾ ਸੀ ਨਾ ਤਾਂ ਕੁਛ ਬੰਦਿਆਂ ਨੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਦੀ ਸਲਾਹ ਦਿੱਤੀ ਵੀ ਨਾ ਜਾਇਓ ਤੇ ਮੈਨੂੰ ਫੋਨ ਆਇਆ ਸ਼ਾਇਦ ਹੋਰ ਵੀ ਕਿਸੇ ਨੂੰ ਆਇਆ ਹੋਵੇਗਾ ਤੁਹਾਨੂੰ ਵੀ ਗੱਲ ਕੀਤੀ ਹੋਏਗੀ ਕਿ ਮੈਂ ਜਾਵਾਂ ਕਿ ਨਾ ਜਾਵਾਂ ਜੀ ਜੀ ਮੇਰੇ ਨਾਲ ਗੱਲ ਹੋਈ ਮਤਲਬ ਇੰਨੇ ਨਿਮਰ ਸੀਗੇ ਉਹ ਤੇ ਮੈਂ ਕਿਹਾ ਪ੍ਰੋਫੈਸਰ ਸਾਹਿਬ ਤੁਸੀਂ ਦੇਖੋ ਸਾਡੇ ਲਈ ਤਾਂ ਬਹੁਤ ਸਿਆਣੇ ਹੋ ਤੁਹਾਡਾ ਦਿਲ ਕੀ ਕਹਿੰਦਾ ਜੀ ਉਹ ਕਹਿੰਦੇ ਮੇਰਾ ਦਿਲ ਤਾਂ ਕਹਿੰਦਾ ਮੈਂ ਜਾਵਾਂ ਫਿਰ ਕੁਦਰਤੀ ਉਹਨਾਂ ਨੂੰ ਗੋਡਿਆਂ ਦੀ ਸਮੱਸਿਆ ਹੋ ਗਈ ਮੇਰੇ ਖਿਆਲ ਇਸ ਕਰਕੇ ਨਹੀਂ ਜਾ ਸਕੇ ਪਰ ਉਹ ਆਪਣੀ ਗੱਲ ਜਿਹੜੀ ਆਪਣੇ ਤੋਂ ਛੋਟਿਆਂ ਨਾਲ ਵੀ ਸਾਂਝੀ ਕਰਨ ਵਿੱਚ ਸਲਾਹ ਲੈਣ ਵਿੱਚ ਆਪਣੇ ਵਿਸ਼ਵਾਸ ਰੱਖਦੇ ਸੀ ਇੱਕ ਜਿਹੜੀ ਮੈਨੂੰ ਪਿੱਛੇ ਜਿਹਾ ਜਗਦੂਪ ਨੇ ਦੱਸੀ ਸੀ ਉਹ ਬਹੁਤ ਵੱਡੀ ਗੱਲ ਸੀਗੀ ਆਪਣੇ 2004 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਨੇ ਤਾਂ ਭਾਰਤ ਸਰਕਾਰ ਨੇ ਜਿਹੜਾ ਆਪਣੇ ਦਰਬਾਰ ਸਾਹਿਬ ਨੂੰ ਯੂਨੈਸਕੋ ਨੂੰ ਦੇਣ ਬਾਰੇ ਗੱਲ ਤੋਰੀ ਸੀ ਤਾਂ ਉਹਦੇ ਉੱਪਰ ਉਹਨੀ 40 ਲੱਖ ਰੁਪਏ ਖਰਚ ਕੇ ਉਸ ਅਖੌਤੀ ਸਿੱਖ ਵਿਦਵਾਨਾਂ ਦੀ ਇੱਕ ਡੋਜ਼ੀਅਰ ਤਿਆਰ ਕੀਤਾ ਸੀਗਾ ਜਿਹਦਾ ਪ੍ਰੋਫੈਸਰ ਸਾਹਿਬ ਨੇ ਬਹੁਤ ਤਕੜੇ ਲਫ਼ਜ਼ਾਂ ਵਿੱਚ ਵਿਰੋਧ ਕੀਤਾ ਸੀ ਤੇ ਉਸ ਡੋਜ਼ੀਅਰ ਨੂੰ ਰੁਕਵਾਇਆ ਸੀਗਾ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਇਹੋ ਜਿਹੇ ਇਨਸਾਨ ਹੀ ਕਰ ਸਕਦੇ ਆ ਜੀ 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 ਰਜਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਟਾਈਮ ਕੱਢਿਆ ਜਗਰੂਪ ਜੀ ਤੁਹਾਡਾ ਵੀ ਬਹੁਤ ਧੰਨਵਾਦ
ਜਿਹੜਾ ਐਸੇ ਸ਼ਖਸੀਅਤ ਬਾਰੇ ਜਿਹਨਾਂ ਨੂੰ ਤੁਸੀਂ ਲੰਬੇ ਸਮੇਂ ਤੋਂ ਜਾਣਦੇ ਸੀ ਉਹਨਾਂ ਬਾਰੇ ਤੁਸੀਂ ਇੰਨੀ ਚਾਨਣਾ ਪਾਈ, ਔਰ ਬਾਕੀ ਮੈਂ ਤਾਂ ਤੁਹਾਨੂੰ ਇਹ ਦੱਸ ਸਕਦਾ ਕਿ ਇਹ ਸ਼ਖਸੀਅਤਾਂ ਜੋ ਨੇ ਉਹਨਾਂ ਬਾਰੇ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਤੇ ਆਪਣੇ ਨਾਲ ਹੋਰ ਕਾਲਰ ਜਿਹੜੇ ਉਹਨਾਂ ਨੂੰ ਜਾਂਦੇ ਜਾਂਦੇ ਜ਼ਰੂਰ ਲਵਾਂਗੇ ਜੀ। ਤੁਸੀਂ ਆਉਣੇ ਰਹੋ, ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਜੀ। ਆਵਾਜ਼ ਬਹੁਤ ਆ ਰਹੀ ਪਿੱਛੋਂ ਜੀ, ਘੱਟ ਕਰੋ ਇਹਨੂੰ। ਹਾਂਜੀ, ਸਮਾਂ ਬਹੁਤ ਘੱਟ ਆ ਆਪਣੇ ਕੋਲ, ਜਲਦੀ ਦੱਸ ਦਿਓ ਜੀ ਤੁਸੀਂ ਇਸ ਵੇਲੇ ਕਿੱਥੇ ਰਹਿੰਦੇ ਹੋ। ਜੀ, ਇਹ ਇੱਕ ਉਸੇ ਇਨਸਾਨ ਸੀ ਜਿਹੜੇ ਜਿੱਥੇ ਗਏ ਉਹ ਆਪਣੀ ਛਾਪ ਛੱਡ ਕੇ ਗਏ। ਚਲੋ ਤੁਸੀਂ, ਹਾਂਜੀ, ਅੱਖਾਂ ਭਰ ਆਉਂਦੀਆਂ ਜੀ, ਦਿਲ ਰੋਂਦਾ ਜੀ। ਧੰਨਵਾਦ ਤੁਸੀਂ ਜੀ, ਤੁਸੀਂ ਜੁੜੇ ਤੇ ਆਹ ਜੀ ਜੀ ਉਹਨਾਂ ਦੀ ਪੋਜ਼ਿਟਿਵ ਗੱਲਾਂ ਨੂੰ ਲੈ ਕੇ ਚੱਲੋ ਜੀ, ਆਪਾਂ ਮਨ ਹੌਲਾ ਨਹੀਂ ਕਰਨਾ, ਪੋਜ਼ਿਟਿਵ ਗੱਲਾਂ ਲੈ ਕੇ ਸੋਚੋ ਜੀ। ਜੀ ਧੰਨਵਾਦ ਜੀ ਤੁਹਾਡਾ, ਤੁਸੀਂ ਜੁੜੇ, ਥੈਂਕ ਯੂ ਜੀ ਤੁਹਾਡਾ ਜੀ। ਦੋਸਤੋ ਤੁਸੀਂ ਦੇਖਿਆ ਕਿ ਹੋਰ ਸੱਜਣ ਜਿਹਨਾਂ ਦਾ ਮਨ ਭਰ ਆਇਆ ਉਹ ਜ਼ਰੂਰ ਜੁੜਨਾ ਚਾਹੁੰਦੇ ਸੀ, ਅਤੇ ਇਸੇ ਤਰ੍ਹਾਂ ਹੀ ਜਿਹੜੀ ਸੂਈ ਆ ਉਹ ਚੱਲਦੀ ਆ। ਟਾਈਮ ਜਿਹੜਾ ਸੀ ਅੱਜ ਦੇ ਸ਼ੋਅ ਦਾ ਉਹ ਖਤਮ ਹੋ ਗਿਆ, ਅਤੇ ਆਪਾਂ ਨੂੰ ਵੀ ਦਿਓ ਇਜਾਜ਼ਤ ਆਉਂਦੇ ਸਮੇਂ ਵਿੱਚ ਐਸੀਆਂ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੂੰ ਫਿਰ ਯਾਦ ਕਰਾਂਗੇ ਟਾਈਮ ਟੂ ਟਾਈਮ, ਤਾਂ ਕਿ ਅਸੀਂ ਵੀ ਜਾਗਦੇ ਰਹੀਏ, ਜੋ ਸਾਨੂੰ ਆਦੇਸ਼ ਦੇ ਕੇ ਗਏ ਜਾਂ ਸਿਖਾ ਕੇ ਗਏ ਅਸੀਂ ਵੀ ਉਸ 'ਤੇ ਪਹਿਰਾ ਦਈਏ, ਅਤੇ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਐਕਸਪੀਰੀਅੰਸ ਜਿਹੜਾ ਉਹਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਸੁਧਾਰੀਏ, ਹੋਰ ਵੀ ਹਰ ਇੱਕ ਨੂੰ ਪ੍ਰੇਰਿਤ ਕਰੀਏ ਜੀ। ਮਿਲਦੇ ਹਾਂ ਆਪਾਂ ਨੈਕਸਟ ਸ਼ੋਅ ਦੇ ਵਿੱਚ ਮੰਡੇ ਟਿਊਜ਼ਡੇ ਵਾਪਸ, ਧੰਨਵਾਦ।